ਤੁਹਾਨੂੰ ਸਾਰੇ ਲੋਕਾਂ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਜੀ ਵੀ ਜੇ ਮੈਨੂੰ ਕਹਿੰਦੇ ਖਾਲਸਾ ਨਹੀਂ ਆਮ ਪ੍ਰਾਊਡ ਟੂ ਬੀ ਅ ਖਾਲਸਾ ਲਾਲ ਕਿਲੇ ਵਾਲਾ ਸਵਾਲ ਉੱਠਿਆ ਲਾਲ ਕਿਲਾ ਲੀਕ ਤੇ ਦਿੱਤਾ ਹੋਇਆ ਨਾ ਕੋਈ ਸਰਕਾਰ ਦਾ ਉਹਦੇ ਵਿੱਚ ਲੈਣਾ ਦੇਣਾ ਹੀ ਆ ਜੀ ਵੀ ਤੁਹਾਨੂੰ ਡਰ ਨਹੀਂ ਲੱਗਦਾ ਇਹਨਾਂ ਏਜੰਸੀਆਂ ਤੋਂ ਤੁਸੀਂ ਕਹਿੰਦੇ ਮੈਂ ਵਾਪਸ ਵੀ ਉਹਨਾਂ ਅੰਦੋਲਨ ਤੇ ਕੇਸ ਕਰ ਲੈਣਗੇ ਜੇਲ੍ਹ 'ਚ ਸੱਟ ਦੇਣਗੇ ਕੋਈ ਗੱਲ ਨਹੀਂ ਡਰਦੀ ਕੋਈ ਲੋੜ ਨਹੀਂ ਪੈਰ ਪਿੱਛੇ ਨਹੀਂ ਜਾਣਾ ਚਾਹੀਦਾ ਸਾਡੇ ਮਾਮਲੇ ਵਿੱਚ ਦਖਲਦਾਰੀ ਕੀਤੀ ਜਾ ਰਹੀ ਹੈ ਇਹ ਕੋਈ ਪ੍ਰੋਪੇਗੰਡਾ ਬਹੁਤ ਤਕੜਾ ਜਿਹੜੇ ਪੈਸੇ ਲੈ ਕੇ ਟਵੀਟ ਕਰ ਰਹੇ ਨੇ ਕੀ ਅਸੀਂ ਪੈਸੇ ਲੈ ਕੇ ਟਵੀਟ ਕਰ ਰਹੇ ਹਾਂ ਇੱਧਰ ਦਿਲੋਂ ਕਰ ਜਸਟਿਵ ਦੇਖ ਰਹੇ ਤੁਸੀਂ ਮੈਂ ਕੇ ਪੀ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ ਵਿਊ ਪੁਆਇੰਟ ਵਿੱਚ ਇਸ ਕਿਸਾਨ ਅੰਦੋਲਨ ਨੇ ਬਹੁਤਿਆਂ ਦੇ ਵਿਊ ਪੁਆਇੰਟ ਬਦਲੇ ਹੈ ਉਸ ਵਿਊ ਪੁਆਇੰਟ ਦੇ ਵਿੱਚ ਬਹੁਤ ਸਾਰੇ ਪੁਆਇੰਟਸ ਆ ਜਿਹੜੇ ਕਿਸਾਨ ਅੰਦੋਲਨ ਛੱਡ ਕੇ ਜਾ ਰਿਹਾ ਅਤੇ ਉਹਨਾਂ ਛੱਡੇ ਹੋਏ ਪੁਆਇੰਟਸ ਦੇ ਵਿਚਾਲੇ ਜਿਹੜੇ ਸਾਡੇ ਕਲਾਕਾਰ ਹੈ ਸਾਡੇ ਅਦਾਕਾਰ ਹੈ ਜਿਹੜੇ ਗਾਇਕ ਭਾਈਚਾਰਾ ਹੈ ਬੁੱਧੀਜੀਵ ਵਰਗ ਹੈ ਇਹਨਾਂ ਸਾਰਿਆਂ ਦੀ ਸੋਚ 'ਤੇ ਵੀ ਫਰਕ ਪਿਆ ਇਹਨਾਂ ਦੀ ਲੇਖਣੀ ਵਿੱਚ ਵੀ ਫਰਕ ਪਿਆ ਅਤੇ ਉਸ ਸਮਝ ਦੀ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੀ ਕੁਝ ਬਦਲ ਰਿਹਾ ਕਿਸਾਨ ਅੰਦੋਲਨ ਅਤੇ ਅੱਜ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੋਣਗੇ ਜਿਹੜੇ ਕਿ ਖੁਦ ਉਹਨਾਂ ਬਾਰਡਰਾਂ 'ਤੇ ਜਾ ਕੇ ਆਏ ਆ ਰਾਤਾਂ ਕੱਟ ਕੇ ਆਏ ਆ ਅਤੇ ਕੈਨੇਡਾ ਦੀ ਧਰਤੀ ਤੋਂ ਸਿੱਧਾ ਦਿੱਲੀ ਪਹੁੰਚ ਜਾਂਦੇ ਆ ਜਸਵਿੰਦਰ ਸਿੰਘ ਜਿਨ੍ਹਾਂ ਦਾ ਨਾਮ ਹੈ ਅਤੇ ਜੈਜ਼ੀ ਬੀ ਦੇ ਨਾਲ ਤੁਸੀਂ ਉਹਨੂੰ ਜਾਣਦੇ ਹੋ ਜੈਜ਼ੀ ਬੀ ਜੀ ਬਹੁਤ ਸਵਾਗਤ ਹੈ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜੀ ਇਸ ਵੇਲੇ ਜਿੰਨੇ ਵੀ ਜਸ ਪੰਜਾਬੀ ਦੇਖ ਰਹੇ ਆ ਦੁਨੀਆ ਭਰ ਦੇ ਵਿੱਚ ਸਾਰਿਆਂ ਨੂੰ ਬੜੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਜਦੀ ਵੀ ਜੀ ਜਿੱਥੋਂ ਤੁਸੀਂ ਆਪਦੀ ਗਾਇਕੀ ਸ਼ੁਰੂ ਕਰਦੇ ਹੋ ਮੰਚਾਂ 'ਤੇ ਜਾ ਕੇ ਅਖਾੜਿਆਂ 'ਚ ਜਾ ਕੇ ਮੈਂ ਚਾਹੁੰਦਾ ਉੱਥੋਂ ਸ਼ੁਰੂ ਕਰੋ ਤੁਸੀਂ ਵਾਰਾਂ ਗਾਉਂਦੇ ਹੋ ਉੱਥੋਂ ਸ਼ੁਰੂ ਕਰੋ ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ ਹਾਂਜੀ ਬਿਲਕੁਲ ਜੀ ਸਾਡੇ ਉਸਤਾਦ ਜੀ ਦੇ ਦਰਅਸਲ ਉਸਤਾਦ ਜੀ ਨੇ ਮਾਣਕ ਸਾਹਿਬ ਨੇ ਜਦੋਂ ਵੀ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਉਹ ਬਾਰ ਬਾਬਾ ਬੰਦਾ ਬਹਾਦਰ ਗਾਉਂਦੇ ਸੀ ਅਤੇ ਕੈਸੀ ਗੱਲ ਹੈ ਵੀ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਜ਼ਮੀਨਾਂ ਦਿੱਤੀਆਂ ਸੀ ਅਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਨਾ ਤੇ ਉਹ ਚੜ੍ਹਦੀ ਕਲਾ ਮਤਲਬ ਇੱਕ ਖਿੱਚੀ ਜਾਂਦੀ ਹੈ ਉਹ ਵਾਰ ਮੈਂ ਤੁਸੀਂ ਤੋਂ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਭਾਗਾ ਵਾਲਾ ਸਮਝਦਾ ਮੈਂ ਉੱਥੇ ਪਹੁੰਚਿਆ ਤੇ ਮੈਂ ਕਦੇ ਬਾਹਰ ਗਾਈ ਨਹੀਂ ਸੀ ਜਦੋਂ ਤੱਕ ਉਸਤਾਦ ਜੀ ਰਹੇ ਨੇ ਇਸ ਦੁਨੀਆਂ 'ਚ ਕਿਉਂਕਿ ਮੈਂ ਉਹਨਾਂ ਨੂੰ ਗਾ ਨਹੀਂ ਸਕਦਾ ਸੀ ਪਰ ਟ੍ਰੈਡੀਸ਼ਨ ਕੰਟੀਨਿਊ ਕਰਨੀ ਹੈ ਸੋ ਮੈਂ ਜ਼ਰੂਰ ਗਾਊਂਗਾ ਮੈਂ ਥੋੜ੍ਹਾ ਹੌਲੀ ਸੋ ਰੱਖੂ ਸੀ ਇਸ ਵੇਲੇ ਹੋਟਲ ਜਿਹਾ ਹੋਰਨਾ ਵੀ ਕਹਿਣ ਵੀ ਭਾਈ ਇੰਡਸਟਰੀ ਨਾਲ ਰੱਖ ਪਰ ਗਾਊਂਗਾ ਲੈ ਕੇ ਕਲਗੀ ਧਰ ਤੋਂ ਥਾਪੜਾ ਕੁਝ ਦਿਨ ਖੇਡ ਲਾ ਮੌਜਾਂ ਮਾਣ ਲਾ ਤੈਂ ਭੱਜ ਜਾਵਣਾ ਉਹ ਕੰਗਣਾ ਕੱਚ ਦਿਆ ਲੈ ਕੇ ਕਲਗੀ ਧਰ ਤੋਂ ਥਾਪੜਾ ਦਿੱਤਾ ਚਰਨੀ ਸੀਸ ਝੁਕਾ ਬੰਦਾ ਸਿੰਘ ਬਹਾਦਰ ਬਣ ਗਿਆ ਲਿਆ ਮਾਦੋ ਨਾ ਬਦਲਾ ਉਹਦੇ ਫੜ ਫੜ ਢੋਲ ਫੜਕਦੇ ਹੋ ਗਿਆ ਖੂਨ ਅੱਖਾਂ ਦੇ ਵਿੱਚ ਮੈਂ ਇਸ ਦੇ ਬਾਰੇ ਕੋਈ ਸ਼ਬਦ ਨਹੀਂ ਬੋਲ ਸਕਦਾ ਹੈਗਾ ਕਿਉਂਕਿ ਇਹ ਵਾਰ ਆਪਣੇ ਆਪ ਵਿੱਚ ਉਸ ਮਹਾਨਤਮ ਇਤਿਹਾਸ ਨੂੰ ਦਰਸਾਉਂਦੀ ਹੈ ਜਦੀ ਵੀ ਜਿਸ ਇਤਿਹਾਸ ਦੇ ਕਰਕੇ ਅਸੀਂ ਇੱਥੇ ਬੈਠੇ ਹਾਂ ਜਦੀ ਵੀ ਜਦੋਂ ਤੁਸੀਂ ਉੱਥੇ ਅੰਦੋਲਨ ਦੇ ਵਿੱਚ ਗਏ ਹੋ ਮੈਂ ਉੱਥੇ ਤੁਹਾਨੂੰ ਸੁਣਿਆ ਵੀ ਹੈ ਉੱਥੇ ਦੇਖਿਆ ਵੀ ਹੈ ਜਦੀ ਵੀ ਤੁਸੀਂ ਉੱਥੇ ਜਾ ਕੇ ਕਿਹਾ ਕਿ ਤੁਹਾਡੇ ਦੋਸਤਾਂ ਨੇ ਕਿਹਾ ਸੀ ਆਪਾਂ ਹੋਟਲ 'ਚ ਰਹੀਏ ਤੁਸੀਂ ਕਿਹਾ ਨਹੀਂ ਰਹਿਣਾ ਗਾ ਕਿਉਂ ਤੁਹਾਡੇ ਮਨ ਵਿੱਚ ਇਹ ਆਇਆ ਦੇਖੋ ਜੀ ਹੋਟਲ 'ਚ ਰਹਿਣਾ ਹੁੰਦਾ ਫਿਰ ਮੈਂ ਕੈਨੇਡਾ 'ਚ ਹੀ ਰਹਿ ਲੈਂਦਾ ਫਿਰ ਮੈਨੂੰ ਉੱਥੇ ਜਾਣ ਦੀ ਲੋੜ ਨਹੀਂ ਸੀ ਲੇਕਿਨ ਮੈਂ ਜੋ ਮੈਂ ਫੀਲ ਕਰਨਾ ਚਾਹੁੰਦਾ ਸੀ ਸਾਡੇ ਜਿਹੜੇ ਬਜ਼ੁਰਗ ਸਾਡੀਆਂ ਮਾਤਾਵਾਂ ਬੈਠੇ ਨੇ ਉੱਥੇ 80-80 90-90 ਵਾਲੇ ਸਾਲ ਵਾਲੇ ਨਾ ਵੀ ਉਹ ਟਰਾਲੀਆਂ 'ਚ ਰੋਜ਼ ਰਾਤਾਂ ਕੱਟ ਰਹੇ ਹਾਂ ਅਤੇ ਮੈਂ ਇੱਥੇ ਆਵਾਂ ਅਤੇ 2 ਮਿੰਟ ਇੰਟਰਵਿਊ ਦੇਵਾਂ ਕੈਮਰੇ ਮਰੇ ਵਧੀਆ ਲੱਗਾਂ ਅਤੇ ਫਿਰ ਚੱਲ ਜਾਵਾਂ ਆਪਣੇ ਹੋਟਲ 'ਚ ਮੇਰੀ ਜ਼ਮੀਰ ਨੇ ਉਹ ਅਲਾਊਡ ਨਹੀਂ ਕੀਤਾ ਮੈਂ ਕਿਹਾ ਨਹੀਂ ਵੀ ਇੱਥੇ ਲਾਓ ਭਾਈ ਉਹ ਕਹਿੰਦੇ ਵੀ ਹੁਣ ਇੱਥੇ ਕੁਛ ਹੈ ਨਹੀਂ ਮੈਂ ਗੱਦੇ ਗੱਡੀ 'ਚ ਕੁਛ ਲਾ ਲਓ ਅਤੇ ਲੋਮੜਿਆਂ ਨੇ ਗੱਦੇ ਗੁੱਦੇ 19 ਸੀਟਾਂ ਕੱਢ ਕੇ ਗੱਦੇ ਲਾਏ ਉਹਦੇ ਵਿੱਚ ਅਤੇ ਮੈਂ ਤੁਹਾਨੂੰ ਦੱਸਦਾ ਬਾਈ ਵੀ ਜਿਹੜਾ ਉਹ ਨਜ਼ਾਰਾ ਸੀ ਹੈ ਨਾ ਵੀ ਨੀਂਦ ਵੀ ਪੂਰੀ ਆ ਅਤੇ ਜਾਗ ਵੀ ਰਿਹਾ 2-5 ਮਿੰਟ ਬਾਅਦ ਕੋਈ ਬੈਰੀਅਰ ਖਿੱਚ ਰਿਹਾ ਉਹ ਆਵਾਜ਼ ਆ ਰਹੀ ਆ ਫਿਰ ਕੋਈ ਬੋਲ ਰਿਹਾ ਕੋਈ ਐਂਬੂਲੈਂਸ ਲੰਘ ਰਿਹਾ ਅਤੇ ਉਹ ਮੁੰਡੇ ਸੌਂਦੇ ਨਹੀਂ ਸਾਰੀ ਰਾਤ ਇੰਨੇ ਸੇਵਾ ਰਾਤ ਤਕੜੇ ਨੇ ਆਪਣੇ ਠੀਕ ਹੈ ਨਾ ਅਤੇ ਉੱਥੇ ਫਿਰ ਸਵੇਰੇ ਤੜਕੇ ਤੜਕੇ ਪ੍ਰਭਾਤ ਫੇਰੀ ਨਿਕਲ ਰਹੀ ਆ ਪਾਠ ਚੱਲ ਰਿਹਾ
ਹਾਂ ਜੀ ਤੇ ਨਾਲੇ 15-20 ਮਿੰਟ ਮੋਦੇ ਕੁੱਤਾ ਮਰ ਗਿਆ ਆ ਯਾਨੀ ਕਿ ਉਹ ਸਾਰੀਆਂ ਚੀਜ਼ਾਂ ਉਹ ਬੰਦਾ ਹੋਟਲ 'ਚ ਰਹਿ ਕੇ ਨਹੀਂ ਕਰ ਸਕਦਾ ਨਾ ਪਿੰਡੇ 'ਤੇ ਹਟਾਉਣਾ ਪੈਂਦਾ ਸੋ ਮੈਂ ਤਾਂ ਆਪਣੇ ਆਪ ਨੂੰ ਕਰਮਾਂ ਵਾਲਾ ਜੀ ਭਾਗਾਂ ਵਾਲਾ ਸਮਝਦਾ ਵੀ ਮੇਰੇ ਹਿੱਸੇ ਇਹ ਆਇਆ ਅਤੇ ਮੇਰੀ ਜ਼ਿੰਦਗੀ ਬਹੁਤ ਚੇਂਜ ਹੋਈ ਆ ਮੈਂ ਵੈਸੇ ਪਹਿਲੇ ਬਹੁਤ ਪੋਜ਼ੀਟਿਵ ਆਪਣੇ ਆਪ ਨੂੰ ਸਮਝਦਾ ਅਤੇ ਰਹਿੰਦਾ ਪਰ ਮੇਰੀ ਬਹੁਤ ਮੇਰੀ ਨਿੱਜੀ ਜ਼ਿੰਦਗੀ 'ਚ ਬਹੁਤ ਇਹ ਮਤਲਬ ਪੋਜ਼ੀਟਿਵਿਟੀ ਆਈ ਹੈ ਇਹਦੇ ਨਾਲ ਤੁਸੀਂ ਤੁਸੀਂ ਇੱਕ ਗੱਲ ਕਹੀ ਹੈ ਕਿ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਪੋਜ਼ਿਟਿਵਿਟੀ ਆਈ ਹੈ ਇੱਕ ਗੱਲ ਤੁਸੀਂ ਹੋਰ ਕਹੀ ਹੈ ਕਿ ਬਹੁਤੇ ਲੋਕ ਉੱਥੇ ਇੰਟਰਵਿਊਸ ਦੇਣ ਵਾਸਤੇ ਆਉਂਦੇ ਆ ਫੋਟੋਆਂ ਖਿਚਾ ਕੇ ਮੁੜ ਜਾਂਦੇ ਆ ਜਾਜੀ ਵੀ ਮੇਰਾ ਸਵਾਲ ਸਾਰਿਆਂ 'ਤੇ ਹੀ ਹੈ ਕਲੈਕਟਿਵਲੀ ਜੇ ਤੁਸੀਂ ਉਹਦਾ ਜਵਾਬ ਦੇ ਸਕੋ ਤਾਂ ਪਹਿਲਾਂ ਪੋਲੀਵੁੱਡ ਦਾ ਜਵਾਬ ਲੈਣਾ ਚਾਹੂੰਗਾ ਤੁਹਾਡੇ ਤੋਂ ਮੈਂ ਪੋਲੀਵੁੱਡ ਵਿੱਚ ਕਿਹੜੇ ਇਹੋ ਜਿਹੇ ਤੁਹਾਨੂੰ ਲੱਗੇ ਆ ਕਿ ਜਿਨ੍ਹਾਂ ਨੇ ਸਿਰਫ ਫੋਟੋਆਂ ਖਿਚਾਈਆਂ ਅਤੇ ਕਈ ਸਿਰਫ ਫੋਟੋਆਂ ਖਿਚਾਉਣ ਵੀ ਨਹੀਂ ਗਏ ਅੱਜ ਵੀ ਡਰਦੇ ਪਏ ਆ ਕਿਉਂ ਨਹੀਂ ਬੋਲੀਵੁੱਡ ਵਾਲਿਆਂ ਨਾ ਮੈਂ ਤਾਂ ਜੀ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਉਹਨਾਂ ਦਾ ਸ਼ੁਕਰਾਨਾ ਕਰਦਾ ਸਾਰੇ ਡੱਟ ਕੇ ਖੜੇ ਨੇ ਮੇਰੇ ਹਿਸਾਬ ਨਾਲ ਤਾਂ ਕੋਈ ਇਹੋ ਜਿਹਾ ਬੰਦਾ ਨਹੀਂ ਹੋਣਾ ਵੀ ਜਿਹੜਾ ਨਹੀਂ ਗਿਆ ਹੋਊਗਾ ਉੱਥੇ ਅਤੇ ਮੈਂ ਇੱਥੇ ਇਹ ਗੱਲ ਕਹਿੰਦਾ ਵੀ ਜਿਹੜਾ ਨਹੀਂ ਵੀ ਜਾ ਸਕਿਆ ਮੈਂ ਹਰੇਕ ਇੰਟਰਵਿਊ 'ਚ ਵੀ ਕਹਿੰਦਾ ਹਰੇਕ ਟਵਿੱਟਰ 'ਤੇ ਵੀ ਜੇ ਮੈਂ ਲਿਖਦਾ ਕੁਛ ਵੀ ਕੋਈ ਗੱਲ ਨਹੀਂ ਵੀ ਇਹ ਨਹੀਂ ਜ਼ਰੂਰੀ ਤੁਹਾਡਾ ਉੱਥੇ ਜਾਣਾ ਜ਼ਰੂਰੀ ਆ ਹੋ ਸਕਦਾ ਤੁਹਾਡੀ ਕੋਈ ਭਾਈ ਮਜਬੂਰੀ ਹੋਵੇ ਪਰ ਯੋਗਦਾਨ ਜ਼ਰੂਰ ਪਾਉਣਾ ਉਹ ਚਾਹੇ ਤੁਸੀਂ ਆਪਣੇ ਟਵਿੱਟਰ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਇੰਸਟਾਗ੍ਰਾਮ ਦੇ ਜ਼ਰੀਏ ਜਿਹੜੇ ਵੀ ਤੁਹਾਡੇ ਸੋਸ਼ਲ ਮੀਡੀਆ ਹੈਗੇ ਨੇ ਸੋ ਮੈਂ ਤਾਂ ਜੀ ਧੰਨਵਾਦ ਕਰਦਾ ਸਾਰੇ ਬੋਲੀਵੁੱਡ ਵਾਲੇ ਬਹੁਤ ਡੱਟ ਕੇ ਹਿੱਕ ਥਾਪੜ ਕੇ ਖੜੇ ਨੇ ਉੱਥੇ ਮੇਰੇ ਹਿਸਾਬ ਨਾਲ ਤਾਂ ਨਹੀਂ ਕੋਈ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਵੀ ਨਹੀਂ ਸਪੋਰਟ ਕਰ ਰਿਹਾ ਜਿਹੜਾ ਨਹੀਂ ਕਰ ਰਿਹਾ ਉਹਨੂੰ ਆਪਣੇ ਆਪ ਹੀ ਪਤਾ ਲੱਗ ਜੋ ਹੁਣ ਜ਼ਰੂਰ ਕਰੂਗਾ ਬੋਲੀਵੁੱਡ ਬਾਰੇ ਕੁਛ ਕਹਿਣਾ ਚਾਹੋਗੇ ਫਿਰ ਮੈਂ ਹਾਲੀਵੁੱਡ ਦੀ ਵੀ ਗੱਲ ਕਰ ਲੂੰਗਾ ਹਾਂ ਬੋਲੀਵੁੱਡ ਬਾਰੇ ਤਾਂ ਤੁਹਾਨੂੰ ਪਤਾ ਹੀ ਜੀ ਮੈਂ ਹੁਣ ਮਤਲਬ ਕੀ ਕਵਾਂ ਹੁਣ ਹਰਿਆਣਾ ਦੇ ਟਵੀਟ ਤੋਂ ਬਾਅਦ ਮਤਲਬ ਇੱਕ ਸ਼ਰਮਨਾਕ ਹੀ ਹੋ ਗਏ ਜਿਹੜੇ ਉੱਥੋਂ ਪਤਾ ਲੱਗਦਾ ਵੀ ਕਿੱਡੀ ਵੱਡੀ ਸਿਆਸਤ ਚੱਲ ਰਹੀ ਆ ਜਿਹੜੇ ਕ੍ਰਿਕਟਰ ਸੀ ਹਾਂਜੀ ਅਤੇ ਆ ਸਾਰੇ ਬੋਲੀਵੁੱਡ ਵਾਲੇ ਸਟਾਰ ਸੀਗੇ ਹੈ ਨਾ ਮੈਂ ਤਾਂ ਹੁਣ ਇਕੱਲੇ ਇਕੱਲੇ ਤਾਂ ਨਾਂ ਕੀ ਲੈਣਾ ਪਰ ਪਤਾ ਹੀ ਆ ਨਾਂ ਮੈਂ ਉਹਨਾਂ ਨੂੰ ਟਵੀਟ ਕੀਤਾ ਹੀ ਆ ਤੁਸੀਂ ਬਹੁਤ ਟਵੀਟ ਕੀਤੇ ਆ ਜੀ ਵੀ ਹੈ ਨਾ ਕੀ ਉਹਨਾਂ ਨੂੰ ਉਦੋਂ ਨਹੀਂ ਪਤਾ ਸੀ ਵੀ 2 ਮਹੀਨਿਆਂ ਤੋਂ 3 ਮਹੀਨਿਆਂ ਤੋਂ ਸਾਡੇ ਜਿਹੜੇ ਕਿਸਾਨ ਨੇ ਉਹ ਸੜਕਾਂ 'ਤੇ ਬੈਠੇ ਨੇ ਹੁਣ ਤੁਹਾਨੂੰ ਯਾਦ ਆਇਆ ਠੀਕ ਆ ਅਤੇ ਹੁਣ ਤੁਸੀਂ ਕਹਿੰਦੇ ਹੋ ਪ੍ਰੋਪਾਗੰਡਾ ਠੀਕ ਆ ਇੰਡੀਆ ਇਜ਼ ਵਨ ਹਾਊ ਇਜ਼ ਇੰਡੀਆ ਵਨ ਇਫ ਜਿਹੜੇ ਉਹ ਜੇ ਸਾਡੇ ਕਿਸਾਨ ਉੱਥੇ ਗੱਬੇ ਬੈਰੀਅਰ ਲੱਗ ਰਹੇ ਨੇ ਸੜਕਾਂ ਪੱਟੀਆਂ ਜਾ ਰਹੀਆਂ ਨੇ ਸੂਏ ਗੱਡ ਰਹੇ ਨੇ ਸੜਕਾਂ ਦੇ ਉੱਤੇ ਹਾਊ ਇਜ਼ ਇੰਡੀਆ ਵਨ ਹੈ ਨਾ ਤੁਸੀਂ ਉਹਨਾਂ ਨੂੰ ਪੁੱਛੇ ਹੈ ਨਾ ਅਤੇ ਮੈਂ ਕਿਹਾ ਹੋਇਆ ਮੈਂ ਕਿਹਾ ਕਿਤੇ ਮੈਨੂੰ ਮਿਣ ਸਹੀ ਮੇਰੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰ ਲੈਣਗੇ ਉਹ ਜਿਹੜੇ ਮਰਜ਼ੀ ਹੋਵੇ ਚਾਹੇ ਅਕਸ਼ੇ ਕੁਮਾਰ ਹੋਵੇ ਚਾਹੇ ਸਨੀ ਦਿਓਲ ਹੋਵੇ ਚਾਹੇ ਸੁਨੀਲ ਸ਼ੈਟੀ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਹੈ ਨਾ ਜ਼ਮੀਰ ਬੰਦੇ ਦੀ ਬਹੁਤ ਜ਼ਰੂਰੀ ਆ ਨਸ਼ਰੂਦੀਨ ਸ਼ਾਹ ਨੇ ਕਿਹਾ ਵਧੀਆ ਜਿਹੜੀ ਵੀਡੀਓ ਮੈਂ ਸ਼ੇਅਰ ਵੀ ਕੀਤੀ ਸੀ ਉਹਨਾਂ ਨੇ ਕਿਹਾ ਕੀ ਤੁਹਾਨੂੰ ਪੈਸੇ ਦੀ ਘਾਟ ਹੈ ਤੁਹਾਡੀਆਂ 7 ਪੁਰਸ਼ਾਂ ਗਾਹਕ ਮਤਲਬ ਪੈਸੇ ਇੰਨੇ ਕਮਾ ਲਏ ਉਹ ਖਾ ਸਕਦੇ ਬੈਠ ਕੇ ਹੈਂ ਅਤੇ ਕੀ ਤੋਂ ਕਿਸ ਚੀਜ਼ ਦੀ ਕਮੀ ਆ ਇਹਦਾ ਮਤਲਬ ਕਮੀ ਤਾਂ ਇਸ ਚੀਜ਼ ਦੀ ਆ ਵੀ ਜ਼ਮੀਰ ਮਰ ਗਈ ਆ ਮੈਂ ਇੱਦਾਂ ਦਾ ਬੰਦਾ ਵੀ ਜ਼ਮੀਰ ਜਾਗਣੀ ਬਹੁਤ ਜ਼ਰੂਰੀ ਆ ਜ਼ਮੀਰ ਚਾਹੇ ਹੋਵੇ ਚਾਹੇ ਨਾ ਹੋਵੇ ਠੀਕ ਹੈ ਨਾ ਇੱਕ ਗੱਲ ਹੋਰ ਵੀ ਕਹੀ ਜਾ ਰਹੀ ਹੈ ਕਿ ਜੈਜੀ ਵੀ ਜਿਹਨਾਂ ਦੇ ਨਾਮ ਲੈ ਰਹੇ ਆ ਬੋਲੀਵੁੱਡ ਦੇ ਵਿੱਚ ਜੈਜੀ ਵੀ ਨੂੰ ਤਾਂ ਨਹੀਂ ਕੰਮ ਦਿੰਦੇ ਹੋ ਅੱਗੇ ਤੋਂ ਨਾ ਮੈਂ ਅੱਗੇ ਕਿਹੜਾ ਕੰਮ ਕੀਤਾ ਮੈਂ ਤਾਂ ਜੇ ਆਪਣਾ ਕੰਮ ਕੀਤਾ ਵੀ ਆ ਬੱਬੂ ਮਾਂ ਬਾਈ ਦੇ ਕਹਿਣਾ ਗੂ ਵੀ ਉਹ ਤਾਂ ਐਵੇਂ ਉਹ ਬੱਲੇ ਬੱਲੇ 'ਚ ਚੱਕੇ ਹੋਏ ਨੇ ਕੰਮ ਤਾਂ ਪੰਜਾਬ ਤੋਂ ਹੀ ਮਿਲਦਾ ਉਹਨਾਂ ਨੂੰ ਠੀਕ ਹੈ ਨਾ ਜਿੰਨੀਆਂ ਸਟੋਰੀਆਂ ਨੇ ਹਿੰਦੀ ਫਿਲਮਾਂ ਦੀਆਂ ਸਾਰੀਆਂ ਪੰਜਾਬੀ ਬੇਸਡ ਹੁੰਦੀਆਂ ਨੇ ਸਾਰੇ ਪੰਜਾਬੀ ਗਾਣੇ ਪਹਿਲਾਂ ਭਾਲਦੇ ਨੇ ਅਤੇ ਮੈਂ ਤਾਂ ਉਹ ਪੰਜਾਬੀ ਬੇਸਡ ਸਿੰਗਰਾਂ ਨੂੰ ਵੀ ਕਹੂੰਗਾ ਭਾਈ ਜਿਹੜੇ ਹਾਲੀਵੁੱਡ 'ਚ ਕੰਮ ਕਰਦੇ ਨੇ ਬੋਲੀਵੁੱਡ ਸੋਰੀ ਕਰੋ ਜ਼ਰੂਰ ਜੀ ਸਦਕੇ ਕਰੋ ਪਰ ਜ਼ਮੀਰ ਜਾਗਦੀ ਰੱਖੋ ਠੀਕ ਹੈ ਨਾ ਤਾਂ ਮੈਂ ਤਾਂ ਬਾਈ ਜਿੱਥੇ ਹੈਗਾ ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਇੰਨੀ ਖੁਸ਼ੀ ਹੈ ਵੀ ਮੇਰੀ ਜ਼ਮੀਰ ਜਾਗਦੀ ਹੈ ਬਸ ਜਾਜੀ ਵੀ ਇੱਕ ਗੱਲ ਹੋਰ ਬੜੀ ਕਹੀ ਜਾ ਰਹੀ ਹੈ ਤੁਸੀਂ ਤਾਂ ਖੈਰ ਚਲੋ ਕੈਨੇਡਾ ਤੋਂ ਇੱਥੇ ਆ ਕੇ ਹੋ ਕੇ ਵੀ ਗਏ ਹੋ ਬਾਰਡਰ 'ਤੇ ਰਹਿ ਕੇ ਵੀ ਗਏ ਹੋ ਉੱਥੇ ਤੁਸੀਂ ਸੰਬੋਧਨ ਵੀ ਕੀਤਾ ਸਾਰਾ ਕੁਝ ਤੁਹਾਨੂੰ ਲੋਕਾਂ ਨੇ ਸੁਣਿਆ ਦੇਖਿਆ ਜਿਹੜਾ ਉੱਥੇ ਨਗਰ ਕੀਰਤਨ ਨਿਕਲਿਆ ਸੀਗਾ ਤੁਸੀਂ ਉਸ ਵਿੱਚ ਵੀ ਪਾਰਟੀਸਪੇਟ ਕੀਤਾ ਜਾਜੀ ਵੀ ਉੱਥੇ ਲੋਕ ਅਕਸਰ ਇਹ ਗੱਲਾਂ ਕਰਦੇ ਆ ਕੈਨੇਡਾ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਅਮੈਰੀਕਾ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਇਹਨਾਂ ਨੂੰ ਕੀ ਪਤਾ ਇੱਥੇ ਕੀ ਹੋ ਰਿਹਾ ਉਹ ਤਾਂ ਆਪਦਾ ਏਜੰਡਾ ਚਲਾ ਰਹੇ ਆ ਅਤੇ ਉਸ ਏਜੰਡੇ ਦਾ ਮਤਲਬ ਤੁਸੀਂ ਸਮਝਦੇ ਹੋ ਤੁਹਾਨੂੰ ਸਾਰੇ ਲੋਕਾਂ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਜਾਜੀ ਵੀ ਦੇਖੋ ਜੀ ਮੈਂ ਤਾਂ ਕੀ ਚੀਜ਼ ਹਾਂ ਮੈਨੂੰ ਤਾਂ ਜੋੜੀ ਜਾਣ ਖਾਲਿਸਤਾਨ ਦੇ ਕੋਈ ਚੱਕਰ ਨਹੀਂ ਖਾਲਿਸਤਾਨ ਇਹਨਾਂ ਨੂੰ ਜਿਹੜੇ ਜੋੜਦੇ ਨੇ ਉਹਨਾਂ ਨੂੰ ਪਹਿਲਾਂ ਜਾ ਕੇ ਪੁੱਛਿਓ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਪਾਸ ਆ ਖਾਲਿਸਤਾਨ ਕੋਈ ਮਾੜਾ ਵਰਡ ਨਹੀਂ ਹੈ ਖਾਲਸ ਦਾ ਮਤਲਬ ਹੈ ਪਿਓਰ ਠੀਕ ਹੈ ਨਾ ਇੱਕ ਪਿਓਰ ਰਾਜ ਹੋਣਾ ਚਾਹੀਦਾ
ਠੀਕ ਹੈ ਨਾ, ਜਿਹੜੇ ਹੈਗੇ ਨੇ ਨਾ ਗੋਦੀ ਮੀਡੀਆ ਜਾਂ ਜਿਹੜੇ ਵੀ ਅਗੇਂਸਟ ਬੋਲਦੇ ਆ, ਮੈਨੂੰ ਤਾਂ ਛੱਡੋ, ਤੁਸੀਂ ਆਪ ਸੋਚੋ, ਜਿਹੜਾ ਬੰਦਾ ਉਹਨੇ ਕਦੇ ਕੰਟਰੀ ਨਹੀਂ ਦੇਖੀ, ਕੋਈ ਜਾਤ ਪਾਤ ਨਹੀਂ ਦੇਖੀ, ਕੋਈ ਮੁਲਕ ਨਹੀਂ ਦੇਖਿਆ, ਜਦੋਂ ਵੀ ਕਿਸੇ ਕੌਮ ਦੇ ਉੱਤੇ ਭੀੜ ਪਈ ਆ, ਚਾਹੇ ਹਨੇਰੀ ਝੱਖੜ ਸੁਨਾਮੀਆਂ ਟਰਨੇਡੋ ਆ ਗਏ, ਰਵੀ ਸਿੰਘ ਖਾਲਸਾ ਏਡ ਤੋਂ, ਠੀਕ ਆ, ਉਹ ਪਹਿਲਾ ਬੰਦਾ ਉੱਥੇ ਪਹਿਲਾਂ ਪਹੁੰਚਦਾ ਹੈ, ਅਤੇ ਉਹ ਉਹਨੇ ਤਾਂ ਉਸ ਬੰਦੇ ਨੂੰ ਖਿਤਾਬ ਦੇ ਦਿੱਤਾ, ਕਹਿੰਦੇ ਉਹ ਖਾਲਿਸਤਾਨੀ ਆ ਜੀ, ਠੀਕ ਹੈ, ਉਹਨਾਂ ਨੇ ਹੁਣ ਹਰਿਆਣਾ ਨੂੰ ਵੀ ਦੇ ਦਿੱਤਾ ਜੀ, ਪਾਕਿਸਤਾਨ ਨੂੰ ਕਹਿੰਦੇ ਜੀ, ਪਾਕਿਸਤਾਨ ਵਾਲਿਆਂ ਨੇ ਕਹਿੰਦੇ ਭੇਜੀ ਹੈ, ਹਾਂਜੀ, ਸੋ ਉਹਨਾਂ ਦਾ ਕੁਛ ਨਹੀਂ ਹੋ ਸਕਦਾ। ਮੈਂ ਤਾਂ ਇੱਥੇ ਬੇਨਤੀ ਕਰਦਾ ਵੀ ਤੁਸੀਂ ਆਪਣਾ ਜਿਹੜੇ ਵੀ ਆ ਆਪਣਾ ਦਿਲੋਂ ਸਾਰਿਆਂ ਨੂੰ ਬਸ ਸਪੋਰਟ ਕਰੋ, ਬਸ ਮੇਰੀ ਤਾਂ ਇਹੀ, ਉਹ ਤਾਂ ਅਗਲੀ ਗੱਲ ਹੋਰ ਕਹਿੰਦੇ ਜੀ ਜੀ ਵੀ ਮੈਂ ਤਾਂ ਮੈਂ ਕਹਿੰਦਾ ਹਾਂ, ਮੈਂ ਜੇ ਮੈਨੂੰ ਕਹਿੰਦੇ ਖਾਲਿਸਤਾਨੀ, ਆਮ ਪ੍ਰਾਊਡ ਟੂ ਬੀ ਅ ਖਾਲਿਸਤਾਨੀ, ਹੈ ਨਾ, ਮੈਂ ਧੰਨ ਭਾਗ ਮੇਰੇ ਜੇ ਹਿੱਸੇ ਆਇਆ ਖਾਲਿਸਤਾਨੀ, ਮੈਂ ਹੈਗਾ ਖਾਲਿਸਤਾਨੀ ਜੀ। ਫਿਰ ਜੀ ਵੀ ਇੱਕ ਗੱਲ ਹੋਰ ਅੱਗੋਂ ਕਹਿੰਦੇ ਆ, ਉਹ ਤੁਹਾਡੇ ਤੱਕ ਵੀ ਪਹੁੰਚੀ ਹੋਣੀ ਆ, ਉਹ ਕਹਿੰਦੇ ਵੀ ਭੇਜਿਆ ਹੀ ਇਹਨਾਂ ਨੂੰ ਰਵੀ ਸਿੰਘ ਖਾਲਸਾ ਹਾਰਾਂ ਨੇ, ਜੀ ਵੀ ਆਪ ਨਹੀਂ ਆਏ। ਹਾਂਜੀ, ਉਹ ਤਾਂ ਇਹ ਕਹਿੰਦੇ ਆ ਕਿ ਜੀ ਵੀ ਆਪ ਨਹੀਂ ਆਏ, ਰਵੀ ਸਿੰਘ ਖਾਲਸਾ ਹਾਰਾਂ ਨੇ ਭੇਜਿਆ ਜੀ ਵੀ ਨੂੰ। ਵਾਹ ਜੀ ਵਾਹ, ਚਲੋ ਰਵੀ ਸਿੰਘ ਨੇ ਭੇਜਤਾ ਜੀ, ਤੇ ਵਾਹਿਗੁਰੂ ਜੀ ਕਿਰਪਾ ਜੀ, ਉਹ ਰਵੀ ਸਿੰਘ ਬਹੁਤ ਅੱਛੇ ਇਨਸਾਨ ਆ, ਮੈਂ ਤਾਂ ਬਈ ਧੰਨਵਾਦ, ਮੈਂ ਤਾਂ ਮਤਲਬ ਉੱਥੇ ਉਹਨਾਂ ਦੇ ਖਾਲਸਾ ਏਡ ਤੇ ਮੈਂ ਪਹੁੰਚਿਆ, ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ, ਉੱਥੇ ਬੈਠਣ ਦਾ ਮੌਕਾ ਮਿਲਿਆ, ਤੇ ਮੈਂ ਤਾਂ ਇੱਥੇ ਦੱਸਣਾ ਮੰਗਦਾ ਇੱਕ ਆਪਣੇ ਯੰਗਸਟਰਸ ਨੂੰ ਵੀ ਮੇਰੀ ਤਾਂ ਜ਼ਿੰਦਗੀ ਸਫਲ ਹੋ ਗਈ ਜੀ ਉਸ ਪ੍ਰੋਟੈਸਟ 'ਤੇ ਜਾ ਕੇ, ਵੀ ਇੱਦਾਂ ਦਾ ਉੱਥੇ ਵਾਈਬ ਆ, ਮਤਲਬ ਮੈਂ ਬਹੁਤ ਗੁਰਦੁਆਰਾ ਸਾਹਿਬ ਵੀ ਗਿਆ, ਜਿੱਦਾਂ ਮੈਂ ਕਹਿੰਦਾ ਹੁੰਦਾ ਹਮੇਸ਼ਾ, ਜਦੋਂ ਗੋਲਡਨ ਟੈਂਪਲ 'ਚ ਬੰਦਾ ਇੰਟਰ ਕਰਦਾ ਨਾ ਹਰਿਮੰਦਰ ਸਾਹਿਬ, ਇੱਦਾਂ ਮੈਨੂੰ ਫੀਲ ਹੁੰਦਾ, ਬਾਕੀ ਇਹ ਮੇਰੀ ਪਰਸਨਲ ਰਾਏ ਆ, ਵੀ ਉੱਥੇ ਸਾਰਾ ਭੁੱਲ ਜਾਂਦਾ, ਹੁਣ ਉੱਥੇ 5-10 ਲੱਖ ਬੰਦਾ ਜਿਹੜਾ ਬੈਠਾ, ਇੰਨਾ ਅਲੱਗ ਅਲੱਗ ਲੋਕੀ ਨੇ ਉੱਥੇ, ਪਰ ਉੱਥੇ ਜਦੋਂ ਜਾਊਂਗੇ ਇੰਨੀ ਚੜ੍ਹਦੀ ਕਲਾ, ਕਿਸੇ ਨੂੰ ਇਹ ਨਹੀਂ ਪਤਾ ਕੋਈ ਜਾਤ ਪਾਤ ਨਹੀਂ, ਕੋਈ ਧਰਮ ਨਹੀਂ, ਹਿੰਦੂ ਮੁਸਲਿਮ ਸਿੱਖ ਇਸਾਈ, ਕੋਈ ਕਿਸੇ ਨੂੰ ਨਹੀਂ ਪਤਾ, ਕੋਈ ਪਤਾ ਨਹੀਂ ਕਿੱਥੋਂ ਆਏ ਆ, ਪਰ ਸਾਰੇ ਚੜ੍ਹਦੀ ਕਲਾ, ਸਾਰੇ ਆਪਣੀ ਆਪਣੀ ਡਿਊਟੀ ਕਰ ਰਹੇ, ਕੋਈ ਲੰਗਰ ਛਕਾ ਰਿਹਾ, ਕੋਈ ਟ੍ਰੈਫਿਕ ਦੀ ਡਿਊਟੀ ਆ ਕਿਸੇ ਦੀ, ਪਰ ਸਾਰੇ ਐਨ ਖੁਸ਼ ਆ। ਮੈਂ ਤਾਂ ਮਤਲਬ ਉੱਥੇ ਰਹਿ ਕੇ, ਮੈਨੂੰ ਇੱਦਣ ਆਉਣ ਨੂੰ ਮੇਰਾ ਦਿਲ ਨਹੀਂ ਕਰਦਾ ਸੀ, ਪਰ ਮੇਰੇ ਕੁਛ ਮਜਬੂਰੀਆਂ ਸੀ, ਵੀ ਡੇਟਾਂ ਦਿੱਤੀਆਂ ਹੋਈਆਂ ਸੀ, ਮੈਨੂੰ ਆਉਣਾ ਪੈਣਾ ਸੀ, ਹੈ ਨਾ, ਮੇਰਾ ਹਾਲੇ ਵੀ ਦਿਲ ਰੂਹ ਉੱਥੇ ਹੀ ਆ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਕੇ ਵਾਪਸ ਆ ਰਿਹਾ ਜਦੀ ਵੀ, ਜਦੀ ਵੀ ਹਰ ਕਹਿੰਦੇ ਆ ਯੂਥ ਵਾਸਤੇ ਮੈਂ ਮੈਸੇਜ ਦੇਣਾ ਚਾਹੁੰਦਾ, ਯੂਥ ਨੂੰ ਮੈਂ ਦੱਸਣਾ ਚਾਹੁੰਦਾ, ਪਰ ਇਸ ਸਭ ਦੇ ਵਿਚਾਲੇ ਜਿਹੜੇ ਸਵਾਲ ਉੱਠਦੇ ਪਏ ਆ, ਜਿਹੜੇ ਫੋਰਨ 'ਚ ਬੈਠੇ ਆ ਲੋਕ, ਉਹਨਾਂ 'ਤੇ ਜਿਹੜੇ ਸਵਾਲ ਉੱਠਦੇ ਆ, ਜਦੀ ਵੀ ਉਹਨਾਂ ਸਵਾਲਾਂ ਦੇ ਜਵਾਬ ਦੇ ਰਿਹਾ। ਵਾਪਸ ਆ ਕੇ ਉਹ ਸਵਾਲ ਵੀ ਹੋਣ ਕੇ ਜਿਹੜੇ ਇੱਥੇ ਵਾਲੇ ਯੂਥ 'ਤੇ ਉੱਠੇ ਆ, ਉਹ ਕਿਉਂ ਉੱਠੇ ਆ, ਬ੍ਰੇਕ ਤੋਂ ਬਾਅਦ ਪੁੱਛੂੰਗਾ ਜ਼ਰੂਰ। ਓ ਗੱਲ ਸੁਣ ਲਾ ਕੰਨ ਖੋਲ ਕੇ ਦਿਲੀਏ, ਸਾਡੇ ਨਾਲ ਜੇ ਲੜਨਾ ਉੱਠਿਆ ਪੀਰ ਪੰਜਾਬ ਤੋਂ ਤਿੱਖਾ ਫੜ ਲੋ ਜੀ ਨੇ ਫੜਨਾ, ਉੱਠਿਆ ਪੀਰ ਪੰਜਾਬ ਤੋਂ ਤਿੱਖਾ ਫੜ ਲੋ ਜੀ ਨੇ ਫੜਨਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆ ਵਿਊ ਪੁਆਇੰਟ ਦੇ ਵਿੱਚ, ਤੇ ਜੈਜ਼ੀ ਵੀ ਹਰੀ ਜਵਾਬ ਦੇ ਰਿਹਾ, ਜਿਹੜੇ ਬਾਹਰਲਿਆਂ 'ਤੇ ਸਵਾਲ ਉੱਠੇ ਸੀ ਉਹਨਾਂ ਦਾ ਉਹਨਾਂ ਨੇ ਠੋਕ ਕੇ ਜਵਾਬ ਦਿੱਤਾ ਹੈਗਾ ਕਿ ਬਾਹਰਲੇ ਦਿਲ ਤੋਂ ਨਾਲ ਜੁੜੇ ਹੋਏ ਆ, ਪਰ ਇਹਨਾਂ ਸਵਾਲਾਂ ਦੇ ਵਿਚਾਲੇ। ਜੈਜ਼ੀ ਵੀ ਜਿਹੜੇ ਯੂਥ ਨੂੰ ਤੁਸੀਂ ਸਪੋਰਟ ਕਰਦੇ ਪਏ ਹੋ, ਜਿਹੜਾ ਯੂਥ ਹੈ ਪੰਜਾਬ ਦਾ ਕਿਹਾ ਜਾ ਰਿਹਾ ਸੀ ਸਿਰਫ ਡਰੱਗ ਵਿੱਚ ਲਿਪਤ ਹੈਗਾ, ਨਸ਼ੇ ਵਿੱਚ ਲਿਪਤ ਹੈਗਾ, ਉਹ ਯੂਥ ਨੇ ਦੱਸ ਦਿੱਤਾ ਕਿ ਪੰਜਾਬ ਕਦੋਂ ਉੱਠਦਾ ਅਤੇ ਹਰਿਆਣਾ ਕਦੋਂ ਉੱਠਦਾ ਅਤੇ ਯੂਪੀ ਕਦੋਂ ਨਾਲ ਰਲ ਜਾਂਦਾ। ਜੈਜ਼ੀ ਵੀ ਮੇਰਾ ਸਵਾਲ ਇਹ ਹੈਗਾ, ਜਿਹੜੇ ਯੂਥ ਨੂੰ ਲੈ ਕੇ ਲਾਲ ਕਿਲੇ ਵਾਲਾ ਸਵਾਲ ਉੱਠਿਆ, ਜੈਜ਼ੀ ਵੀ ਅੱਜ ਤੁਹਾਡਾ ਪ੍ਰਤੀਕਰਮ ਕੀ ਹੈ ਉਹਨਾਂ 'ਤੇ? ਦੇਖੋ ਜੀ, ਇਹ ਸਭ ਪ੍ਰੋਪਗੰਡਾ, ਜਿੱਦਾਂ ਹੁਣ ਉਹ ਕਹਿ ਰਹੇ ਨਾ ਪ੍ਰੋਪਗੰਡਾ, ਇਹ ਸਭ ਤੋੜਨ ਦੀ ਟਰਾਈ ਕੀਤੀ ਜਾ ਰਹੀ ਹੈ ਵੀ ਕਿਤੇ ਨਾ ਕਿਤੇ ਇਹ ਅੰਦੋਲਨ ਖਰਾਬ ਹੋ ਜਾਵੇ, ਠੀਕ ਹੈ ਨਾ। ਮੈਂ ਅੱਜ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਟਵਿੱਟਰ ਦੇ ਉੱਤੇ, ਯਾਰ ਵੀ ਜੋ ਹੋ ਗਿਆ 26 ਤਰੀਕ ਨੂੰ, ਠੀਕ ਹੈ ਨਾ, ਅਤੇ ਉਹ ਹੋ ਗਿਆ, ਅਤੇ ਪਰ ਜੇ ਆਪਾਂ ਦੂਸਰੇ ਪਾਸੇ ਸੋਚੀਏ ਵੀ ਜਦੋਂ ਲਾਲ ਕਿਲ੍ਹਾ ਹੈ ਹੀ ਨਹੀਂ ਸਰਕਾਰ ਦਾ, ਠੀਕ ਹੈ ਨਾ, ਲਾਲ ਕਿਲ੍ਹਾ ਤਾਂ ਪਿਛਲੇ 5 ਸਾਲ ਤੋਂ ਲੀਜ਼ 'ਤੇ ਦਿੱਤਾ ਹੋਇਆ, ਠੀਕ ਹੈ ਨਾ, 5 ਸਾਲ ਲਈ 25 ਕਰੋੜ ਦੇ ਵਿੱਚ ਲਾਲ ਕਿਲ੍ਹਾ ਲੀਜ਼ 'ਤੇ ਆ, ਸੋ ਗੌਰਮੈਂਟ ਦਾ ਤਾਂ ਕੋਈ ਚੱਕਰ ਹੀ ਨਹੀਂ, ਠੀਕ ਹੈ ਨਾ। ਜਿਨ੍ਹਾਂ ਨੂੰ ਲਾਲ ਕਿਲ੍ਹਾ ਲੀਜ਼ 'ਤੇ ਦਿੱਤਾ ਹੋਇਆ, ਜੇ ਉੱਥੇ ਝੰਡਾ ਚੜ੍ਹ ਵੀ ਗਿਆ ਤਾਂ ਪ੍ਰੋਬਲਮ ਉਹਨਾਂ ਨੂੰ ਹੋਣਾ, ਸਰਕਾਰ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ, ਨਾ ਕੋਈ ਸਰਕਾਰ ਦਾ ਉਹਦੇ ਵਿੱਚ ਲੈਣਾ ਦੇਣਾ ਹੀ ਆ, ਠੀਕ ਹੈ ਨਾ। ਜੇ ਜਿਸ ਬੰਦੇ ਨੂੰ ਲੀਜ਼ 'ਤੇ ਜਿਹਨੇ ਲਿਆ ਆ, ਜਿਹਨੇ 25 ਕਰੋੜ ਖਰਚਿਆ, ਹੈ ਨਾ, ਉਹ ਸਾਰਿਆਂ ਨੂੰ ਪਤਾ ਹੀ ਹੈ। ਜੇ ਨਹੀਂ ਕਿਸੇ ਨੂੰ ਪਤਾ, ਗੂਗਲ ਕਰਕੇ ਦੇਖ ਲਓ ਕਿਹੜੇ ਗਰੁੱਪ ਨੇ ਲਿਆ ਹੋਇਆ ਜੀ ਉਹ, ਹੈ ਨਾ। ਅਤੇ ਫਿਰ ਇਹਦੇ ਵਿੱਚ ਤਾਂ ਇਹ ਮਤਲਬ ਉਹੀ ਗੱਲ ਹੁੰਦੀ ਹੈ ਵੀ ਆਪਾਂ ਐਵੇਂ ਕਹੀ ਜਾਂਦੇ ਵੀ ਉਹ ਆਪਾਂ ਗਲਤ ਹਾਂ ਜੀ, ਆਪਾਂ ਕੋਈ ਗਲਤ ਨਹੀਂ, ਝੰਡਾ ਚੜ੍ਹਿਆ 282 ਸਾਲ ਬਾਅਦ ਅਤੇ ਇੱਕ ਹਿਸਟਰੀ ਬਣੀ ਆ, ਠੀਕ ਹੈ ਨਾ। ਉਹ ਵੀ ਸਰਕਾਰ ਦੀਆਂ ਤੋੜਨ ਦੀਆਂ ਨੀਤੀਆਂ ਨੇ, ਹੈ ਨਾ, ਕਿਸੇ ਨੂੰ ਬਲੇਮ ਕਰ ਦਿਉ, ਫਲਾਨੇ ਨੇ ਕੀਤਾ, ਫਲਾਨੇ ਨੇ ਕੀਤਾ, ਠੀਕ ਹੈ ਨਾ। ਸੋ ਜੋ ਹੋਇਆ ਉਹ ਠੀਕ ਹੋਇਆ ਮੇਰੇ ਹਿਸਾਬ ਨਾਲ,
ਠੀਕ ਹੈ ਨਾ। ਬਾਕੀ ਆਪੋ ਆਪਣੀ ਨਿੱਜੀ ਹਰੇਕ ਬੰਦੇ ਦੀ ਆਪਣੇ ਮਾਇੰਡ ਹੁੰਦਾ, ਉਹਦੀ ਸੋਚ ਹੁੰਦੀ ਆ, ਠੀਕ ਹੈ ਨਾ। ਪਰ ਸਰਕਾਰ ਦਾ ਕੋਈ ਹੱਕ ਹੀ ਨਹੀਂ, ਜੇ ਸਰਕਾਰ ਕੋਲ ਲਾਲ ਕਿਲ੍ਹਾ ਹੈ ਹੀ ਨਹੀਂ, ਹੈ ਨਾ, ਉਹ ਤਾਂ ਜਿਹਨਾਂ ਨੂੰ ਲੀਜ਼ ਦਿੱਤਾ ਉਹ ਜੇ ਉਹ ਕਹਿਣ ਵੀ ਨਹੀਂ ਵੀ ਸਾਡੇ ਬਿਲਡਿੰਗ ਦੇ ਉੱਤੇ ਕਿਉਂ ਕੀਤਾ ਹੈ, ਫਿਰ ਪ੍ਰੋਬਲਮ ਹੋ ਸਕਦੀ ਹੈ। ਇਹ ਬਹੁਤ ਬਹੁਤ ਸੋਚਣ ਵਾਲੀ ਗੱਲਬਾਤ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਕੋਈ ਤੁਸੀਂ ਰੀਸਰਚ ਕਰਕੇ ਦੇਖਿਓ ਵੀ ਲਾਲ ਕਿਲ੍ਹਾ ਹੈ ਕਿਹਦੇ ਕੋਲ ਇਸ ਵੇਲੇ, ਸਰਕਾਰ ਕੋਲ ਤਾਂ ਹੈ ਹੀ ਨਹੀਂ। ਜੀ ਵੀ ਚਲੋ ਤੁਹਾਡੀ ਇਹ ਗੱਲ ਮੰਨ ਲੈਂਦੇ ਹਾਂ, ਲਾਲ ਕਿਲ੍ਹਾ ਸਰਕਾਰ ਕੋਲ ਨਹੀਂ ਹੈਗਾ ਗਾ, ਪਰ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਸਾਡੇ ਅੰਦੋਲਨ ਨੂੰ ਢਾਹ ਮਾਰੀ ਹੈ, ਦੀਪ ਸਿੱਧੂ ਵਰਗਿਆਂ ਨੂੰ ਉਹਨਾਂ ਨੇ ਗਦਾਰ ਕਹਿਤਾ, ਇਹਦਾ ਮਤਲਬ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਪਏ ਦੀਪ ਹਰਾਂ ਨੂੰ? ਨਾ, ਮੈਂ ਕਰਦਾ ਸਪੋਰਟ, ਮੈਂ ਦੀਪ ਨੂੰ ਸਪੋਰਟ ਕਰਦਾ, ਮੈਂ ਲੱਖੇ ਸਰਾਣੇ ਬਾਈ ਨੂੰ ਸਪੋਰਟ ਕਰਦਾ। ਦੇਖੋ ਗੱਲ ਫਿਰ ਉਹੀ ਆ ਜਾਂਦੀ ਹੈ, ਜੇ 32-32 ਜਥੇਬੰਦੀਆਂ ਨੇ ਜਿਹੜੀਆਂ, ਉਹਦੇ ਵਿੱਚ ਸਰਕਾਰਾਂ ਨੇ ਕੋਸ਼ਿਸ਼ ਕਰਨੀ ਆ ਕੋਈ ਨਾ ਕੋਈ ਖਰੀਦਿਆ ਜਾਵੇ, ਠੀਕ ਹੈ ਨਾ। ਬਟ ਆਪਾਂ ਇਹ ਨਹੀਂ ਭੁੱਲ ਸਕਦੇ ਵੀ ਦੀਪ ਸਿੱਧੂ ਨੇ ਕੀ ਕੀਤਾ ਇਸ ਅੰਦੋਲਨ ਲਈ, ਲੱਖੇ ਸਿਧਾਣੇ ਨੇ ਕੀ ਕੀਤਾ। ਮੈਂ ਤਾਂ ਲੱਖੇ ਸਿਧਾਣੇ ਬਾਈ ਦਾ ਐਗਜ਼ਾਮਪਲ ਇਹ ਵੀ ਦਿੰਦਾ ਹੁੰਦਾ, ਇਸ ਅੰਦੋਲਨ ਤੋਂ ਪਹਿਲਾਂ ਵੀ ਜਦੋਂ ਪੰਜਾਬੀ ਮਾਂ ਬੋਲੀ, ਠੀਕ ਹੈ ਨਾ, ਉਹਨੇ ਬਾਈ ਨੇ ਬਹੁਤ ਕੁਛ ਕੀਤਾ ਲੱਖੇ ਸਿਧਾਣੇ ਨੇ, ਉਦੋਂ ਵੀ ਮੂਹਰੇ ਖੜਿਆ, ਉਹ ਹੁਣ ਵੀ ਮੂਹਰੇ ਖੜਿਆ, ਹੈ ਨਾ। ਕੁਛ ਤੁਸੀਂ ਉਹ ਡਿਵਾਈਡ ਐਂਡ ਰੂਲ ਵਾਲਾ ਫੇਰ ਵਿੱਚ ਕੰਮ ਆ ਗਿਆ ਵੀ ਚਲੋ ਇਹਨਾਂ ਨੂੰ ਐਂ ਕਰ ਦਈਏ, ਅਤੇ ਉਹਨਾਂ ਦੇ ਨਾਲ ਬਹੁਤ ਯੂਥ ਜੁੜਿਆ ਹੋਇਆ। ਮੇਰੀ 100% ਸਪੋਰਟ ਹੈ ਜੀ ਦੋਨਾਂ ਨੂੰ। ਮੈਨੂੰ ਵੀ ਲੋਕੀ ਕਹਿੰਦੇ ਨੇ ਮੈਂ ਗਰਮ ਖਿਆਲੀ ਹਾਂ, ਠੀਕ ਹੈ ਨਾ, ਇਹਦੇ ਵੱਲ ਮੈਂ ਕੁਛ ਗਲਤ ਥੋੜੋ ਕਰ ਰਿਹਾ। ਮੈਂ ਜਿਹੜੀ ਮੇਰੀ ਆਪਣੀ ਸਪੋਰਟ ਹੈ ਮੈਂ ਆਪਣੀ ਸਪੋਰਟ ਕਰਨੀ ਆ, ਲੱਖੇ ਬਾਈ ਦੀ ਆਪਣੀ ਸਪੋਰਟ ਹੈ ਆਪਣੀ ਸਪੋਰਟ ਹੈ, ਸਿੱਧੂ ਬਾਈ ਦੀ ਆਪਣੀ ਸਪੋਰਟ ਹੈ ਉਹ ਆਪਣੀ ਕਰਦਾ। ਪਰ ਉਹਨਾਂ ਦੀਆਂ ਤੁਸੀਂ ਕੋਈ ਵੀ ਇੰਟਰਵਿਊ ਲੈ ਲਓ, ਹਮੇਸ਼ਾ ਕਹਿੰਦੇ ਵੀ ਚੱਲਣਾ ਆਪਾਂ ਇਕੱਠਿਆਂ ਨੇ ਚੱਲਣਾ, ਆਪਾਂ ਆਪਸ ਵਿੱਚ ਨਹੀਂ ਲੜਨਾ, ਹੈ ਨਾ। ਸੋ ਮੈਂ ਜਿਹੜੀ ਉਹਨਾਂ ਨੇ ਮੈਂ ਇੱਥੇ ਰਿਕੁਐਸਟ ਕਰਦਾ, ਬੇਨਤੀ ਕਰਦਾ ਵੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਖਿਲਾਫ ਨਾਅਰੇ ਲਾਏ ਆ, ਉਹ ਬਹੁਤ ਮਾੜੀ ਗੱਲ ਆ ਵੀ ਆਪਣੇ ਬੰਦਿਆਂ ਦੇ ਖਿਲਾਫ ਤੁਸੀਂ ਨਾਅਰੇ ਲਵਾ ਰਹੇ ਨੇ, ਉਹ ਫਲਾਨਾ ਮੁਰਦਾਬਾਦ। ਮੈਂ ਉਹਦੇ ਜਮ੍ਹਾਂ ਹੱਕ 'ਚ ਨਹੀਂ ਹੈ, ਉਹ ਬਹੁਤ ਗਲਤ ਕੀਤਾ ਉਹਨੇ, ਅਤੇ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਹੁਣ ਵੀ ਅੱਗੇ ਵਾਸਤੇ ਵੀ ਦੋਨਾਂ ਨੂੰ। ਜੀ ਵੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਮੈਂ ਸਪੋਰਟ ਕਰਦਾ ਇਸ ਚੀਜ਼ ਨੂੰ, ਸਪੋਰਟ ਕਰਨ ਦੇ ਨਾਲ ਜਿਹੜੀਆਂ ਕੰਗਨਾ ਰਣੌਤ ਵਰਗੀਆਂ ਐਕਟਰਸ ਹੈਗੀਆਂ ਉਹਨਾਂ ਨੂੰ ਮੌਕਾ ਮਿਲ ਗਿਆ, ਇੱਥੋਂ ਤੱਕ ਕਿ ਜਿਹੜੇ ਸਾਡੇ ਹੋਰ ਪੰਜਾਬੀ ਉੱਥੇ ਕਲਾਕਾਰ ਬੈਠੇ ਆ ਉਹ ਵੀ ਕਿਸਾਨਾਂ ਦੇ ਹੱਕ 'ਚ ਭੁਗਤਣ ਨੂੰ ਤਿਆਰ ਨਹੀਂ ਹੈਗੇ, ਤੁਸੀਂ ਲਗਾਤਾਰ ਉਹਨਾਂ ਨੂੰ ਰੀਟਵੀਟ ਵੀ ਕਰਦੇ ਹੋ। ਮੇਰਾ ਸਵਾਲ ਇਹ ਹੈ ਜੀ ਵੀ ਜਿਹੜਾ ਇੱਕ ਟੂਲ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਤਾਂ ਦੇਤਾ ਸੀ, ਆਪ ਦੇਤਾ? ਨਹੀਂ ਨਹੀਂ, ਆਪਣੇ ਆਪ ਕੰਗਣਾ ਰਣੌਤ ਦੀ ਤਾਂ ਸਾਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ, ਠੀਕ ਹੈ ਨਾ। ਮੈਂ ਤਾਂ ਇੱਥੇ ਆਪ ਕਹਿੰਦਾ ਵੀ ਉਹ ਤਾਂ ਵੀ ਉਹਨੂੰ ਇਗਨੋਰ ਕਰਨਾ ਚਾਹੀਦਾ, ਠੀਕ ਹੈ। ਉਹਨਾਂ ਦਾ ਪੇਡ ਐਕਟਰਸ ਹੈ ਯਾਰ, ਠੀਕ ਹੈ ਨਾ, ਉਹਨਾਂ ਨੇ ਵੀਡੀਓ ਵਾਇਰਲ ਹੋ ਰਹੀਆਂ ਨੇ, ਹੋਰ ਕਿੰਨਿਆਂ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਹੜੇ ਪੈਸੇ ਲੈ ਕੇ ਟਵੀਟ ਕਰ ਰਹੇ ਨੇ। ਕੀ ਅਸੀਂ ਪੈਸੇ ਲੈ ਕੇ ਟਵੀਟ ਕਰ ਰਹੇ ਹਾਂ? ਅਸੀਂ ਤਾਂ ਦਿਲੋਂ ਕਰ ਰਹੇ ਹਾਂ, ਠੀਕ ਹੈ ਨਾ। ਸੋ ਇਸ ਕਰਕੇ ਮੈਂ ਤਾਂ ਉਹਨੂੰ ਕਹਿੰਦਾ ਵੀ ਉਹਨਾਂ ਨੂੰ ਇਗਨੋਰ ਕਰੋ ਤੁਸੀਂ, ਵੀ ਉਹਨਾਂ ਨੂੰ ਭਾਲ ਦੇਣ ਦੀ ਲੋੜ ਹੀ ਨਹੀਂ। ਮੈਂ ਤਾਂ ਅੱਜ ਤੱਕ ਸਵਾਲ ਨਹੀਂ ਕੀਤਾ ਜੀ ਕੰਗਣਾ ਦਾ, ਜੋ ਦਾ ਮੈਂ ਖੇਤੀ ਅੰਦੋਲਨ ਦੇ ਬਾਰੇ ਪ੍ਰੋਗਰਾਮ ਕਰਦਾ ਪਿਆ, ਅੱਜ ਪਹਿਲੀ ਵਾਰ ਤੁਹਾਡੇ ਅੱਗੇ ਸਵਾਲ ਕਰ ਰਿਹਾ ਮੈਂ ਇਹ ਜੀ ਵੀ। ਨਹੀਂ, ਮੈਂ ਉਹੀ ਕਹਿ ਰਿਹਾ ਵੀ ਮੈਂ ਤਾਂ ਨੌ ਹੀ ਨਹੀਂ ਲਾਈਕ ਕਰਦਾ, ਪਹਿਲੀ ਗੱਲ ਹੈ ਇਹ, ਠੀਕ ਹੈ। ਮੈਨੂੰ ਤਾਂ ਉਹਨੇ ਬਲੌਕ ਕਰਤਾ, ਉਹਨੂੰ ਪਤਾ ਵੀ ਇਹਨੇ ਨੇਰੀ ਲਿਆ ਦੇਣੀ ਹੋਰ, ਇਸ ਕਰਕੇ ਆਪਾਂ ਉਹ ਨਾ ਹੀ ਕਰੀਏ ਤਾਂ ਵਧੀਆ ਗੱਲ ਹੈ। ਚਲੋ, ਜਿਵੇਂ ਤੁਸੀਂ ਓਪਨਲੀ ਗੱਲ ਕਰਦੇ ਪਏ ਜੀ ਵੀ ਕਲਾਕਾਰਾਂ 'ਤੇ ਛਾਪੇ ਵੀ ਪਏ ਆ, ED ਦੇ ਡਰਾਵੇ ਹੋਰ ਡਰਾਵੇ ਆ ਤੁਹਾਡੇ ਸਾਹਮਣੇ ਸਾਰਾ ਕੁਛ, ਜੀ ਵੀ ਤੁਹਾਨੂੰ ਡਰ ਨਹੀਂ ਲੱਗਦਾ ਇਹਨਾਂ ਏਜੰਸੀਆਂ ਤੋਂ? ਤੁਸੀਂ ਕਹਿੰਦੇ ਮੈਂ ਵਾਪਸ ਵੀ ਉਹਨਾਂ ਅੰਦੋਲਨ 'ਤੇ? ਨਹੀਂ, ਮੈਂ ਤਾਂ ਆ ਰਿਹਾ ਜੀ, ਮੈਂ ਵਾਪਸ ਆ ਰਿਹਾ, ਬਸ ਆ ਫਿਲਮ ਸ਼ੂਟ ਜਦੋਂ ਹੋ ਗਈ ਮੈਂ ਵਾਪਸ ਆ ਰਿਹਾ, ਫਿਰ ਕੀ ਹੋ ਜੂਗਾ ਜੀ। ਦੇਖੋ ਜਿਹੜੀ ਆਪਣੀ ਨਿੱਜੀ ਜ਼ਿੰਦਗੀ ਲਈ ਜਾਂ ਆਪਾਂ ਕਮਰਸ਼ੀਅਲ ਕੰਮ ਕਰਦੇ ਹਾਂ ਉਹ ਤਾਂ ਕਰਦੇ ਹੀ ਹਾਂ, ਚਲੋ ਕੋਈ ਗੱਲ ਨਹੀਂ। ਫਿਰ ਕੀ, ਮੈਂ ਤਾਂ ਆਪਣੇ ਜੇ ਗਾਣੇ 'ਚ ਕਿਹਾ ਵੀ ਵੱਧ ਤੋਂ ਵੱਧ ਕੀ ਕਰ ਲੈਣਗੇ, ਕੇਸ ਕਰ ਲੈਣਗੇ, ਜੇਲ੍ਹ 'ਚ ਸੁੱਟ ਦੇਣਗੇ, ਕੋਈ ਗੱਲ ਨਹੀਂ, ਡਰ ਦੀ ਕੋਈ ਲੋੜ ਨਹੀਂ, ਪੈਰ ਪਿੱਛੇ ਨਹੀਂ ਜਾਣਾ ਚਾਹੀਦਾ, ਬਸ ਅੱਗੇ ਵਧਣਾ, ਕਿਉਂਕਿ ਆਪਾਂ ਸੱਚਾਈ ਲਈ ਲੜ ਰਹੇ ਹਾਂ, ਆਪਣੀ ਜਿਹੜੇ ਬਜ਼ੁਰਗਾਂ ਦੀ ਜ਼ਮੀਨ ਬਣਾਈ ਹੋਈ ਆ ਉਹਦੇ ਲਈ ਲੜ ਰਹੇ ਹਾਂ, ਠੀਕ ਹੈ ਨਾ। ਉਹ ਸਾਡਾ ਮਾਣ, ਸਭ ਕੁਛ ਸਾਡਾ ਉਹੀ ਆ। ਜੇ ਐਤਕੀ ਆਪਾਂ ਹਾਰ ਗਏ ਨਾ, ਇਹਦਾ ਮਤਲਬ ਆਪਾਂ ਬਸ ਸਭ ਕੁਛ ਖਤਮ ਹੋ ਜਾਣਾ। ਸੋ ਇਸ ਕਰਕੇ ਡਰਨ ਦੀ ਕਿਸੇ ਨੂੰ ਲੋੜ ਨਹੀਂ, ਕੁਛ ਨਹੀਂ ਕਰ ਸਕਦੀਆਂ ਸਰਕਾਰਾਂ, ਠੀਕ ਹੈ ਨਾ। ਵੱਧ ਤੋਂ ਵੱਧ ਕੀ, ਜੇਲ੍ਹ 'ਚ ਮੈਂ ਨਹੀਂ ਡਰਦਾ ਜੇਲ੍ਹ ਜਾਣ ਨੂੰ, ਮੈਨੂੰ ਚੱਕ ਲੈਣਗੇ ਕੋਈ ਚੱਕਰ ਨਹੀਂ, ਆਪਾਂ ਰੈਡੀ ਹਾਂ। ਤੁਸੀਂ ਆਪਦੇ ਗਾਣੇ ਦਾ ਜ਼ਿਕਰ ਕਰ ਲਿਆ, ਹੁਣ ਮੈਂ ਅੱਗੇ ਨਹੀਂ ਜਾ ਸਕਦਾ, ਗਾਣਾ ਤਾਂ ਮੈਂ ਸੁਣੂਗਾ ਜੀ ਵੀ। ਉਹ ਦੇਸ਼ ਲਈ ਜਿਹੜੇ ਫਾਂਸੀ ਚੜ ਗਏ ਉਹ ਵੀ ਸੀ ਪੰਜਾਬੀ, ਦੇਸ਼ ਲਈ ਬਾਰਡਰਾਂ ਉੱਤੇ ਮਰ ਗਏ ਉਹ ਵੀ ਸੀ ਪੰਜਾਬੀ,
ਇਸਲੀ ਜਿਹੜੇ ਲੰਡਨ ਵੜ ਗਏ ਉਹ ਵੀ ਸੀ ਪੰਜਾਬੀ ਧੀਆਂ ਬੱਚਾ ਲਾਂਦੇ ਸੀ ਗਜਨੀ ਉਹ 12 ਵਜੇ ਪੰਜਾਬੀ ਫੇਰ ਵੀ ਲਾਉਣਾ ਪੈਂਦਾ ਸਾਨੂੰ ਹੱਕ ਆਪਣੇ ਲਈ ਧਰਨਾ ਉਹ ਗੱਲ ਸੁਣ ਲਾ ਕੰਨ ਖੋਲ ਕੇ ਦਿਲੀਏ ਸਾਡੇ ਨਾਲ ਜੇ ਲੜਨਾ ਉੱਡਿਆ ਤੀਰ ਪੰਜਾਬ ਤੋਂ ਤਿੱਖਾ ਫੜ ਲਓ ਜੀ ਨੇ ਫੜਨਾ ਉੱਡਿਆ ਤੀਰ ਪੰਜਾਬ ਤੋਂ ਤਿੱਖਾ ਫੜ ਲਓ ਜੀ ਨੇ ਫੜਨਾ ਅਜਾ ਜੀ ਵੀ ਜਿਹੜਾ ਤੁਸੀਂ ਆਪਦੇ ਭਾਵ ਪ੍ਰਗਟ ਕੀਤੇ ਆ ਸੁਰਾਂ ਵੀ ਬਦਲ ਚੁੱਕੀਆਂ ਨੇ ਕਲਮਾਂ ਵੀ ਬਦਲ ਚੁੱਕੀਆਂ ਨੇ ਤੁਸੀਂ ਕਹਿ ਰਹੇ ਹੋ ਸੋਚ ਵੀ ਬਦਲ ਚੁੱਕੀ ਹੈ ਇਹ ਕਿੰਨਾ ਕੁ ਵੱਡਾ ਅਸਰ ਹੈ ਸਾਡੀ ਪੂਰੀ ਇੰਡਸਟਰੀ 'ਤੇ ਸਾਡੇ ਪੂਰੇ ਸਮਾਜ 'ਤੇ ਮੈਂ ਗਲੋਬਲੀ ਵੀ ਇਹ ਸਵਾਲ ਕਰ ਰਿਹਾ ਕਿੰਨਾ ਵੱਡਾ ਅਸਰ ਪਿਆ ਇਸ ਅੰਦੋਲਨ ਦਾ ਬਹੁਤ ਵੱਡਾ ਅਸਰ ਪਿਆ ਜੀ ਮੇਰੇ 'ਤੇ ਤਾਂ ਪਿਆ ਹੋਰ ਵੀ ਮੈਂ ਦੇਖਦਾ ਵੀ ਆਲੇ ਦੁਆਲੇ ਮੇਰੇ ਇੱਕ ਫਰੈਂਡ ਸੀਗੇ ਉਹਨਾਂ ਨੇ ਕੈਨੇਡਾ ਜਾਣਾ ਸੀ ਉਹਨਾਂ ਦਾ ਬੱਚਾ 2-3 ਸਾਲ ਦਾ ਜੀ ਅਤੇ ਉਹ 2 ਦਿਨ ਪਹਿਲਾਂ ਲੈ ਕੇ ਗਿਆ ਉੱਥੇ ਮੈਂ ਕਿਹਾ ਵੀ ਤੇਰੀ ਫਲਾਈਟ ਤਾਂ ਹਲੇ ਠਹਿਰ ਕੇ ਆਵੇਗਾ ਕਹਿੰਦਾ ਨਹੀਂ ਮੈਂ ਇਹਨੂੰ ਦਿਖਾ ਲੈਣਾ ਵੀ ਆਹ ਹੈ ਨਾ ਵੀ ਆਪਣੇ ਅੱਖੀਂ ਦੇਖੇ ਵੀ ਇੱਥੇ ਹੋ ਕੀ ਰਿਹਾ ਹੈ ਨਾ ਸੋ ਉਹ ਸੋਚੋ ਵੀ ਉਸ ਬੱਚੇ ਦੇ ਅਸਰ ਕੀ ਹੋਊਗਾ ਉਹਦੀ ਸੋਚ 'ਚ ਕਿੰਨਾ ਫਰਕ ਹੋਊਗਾ ਤੁਸੀਂ ਆਪ ਦੇਖੋ ਵੀ ਪਿਛਲੇ 4-5-6 ਸਾਲਾਂ ਤੋਂ ਖਾਸ ਕਰਕੇ ਕਲਾਕਾਰਾਂ ਇੰਡਸਟਰੀ ਦੇ ਵਿੱਚ ਨੈਗੇਟਿਵਿਟੀ ਆਪਸ 'ਚ ਲੜਾਈ ਉਹ ਮੇਰਾ ਗਾਣਾ ਵਧੀਆ ਤੇਰਾ ਗਾਣਾ ਨਹੀਂ ਵਧੀਆ ਮੈਂ ਇੱਦਾਂ ਉਹ ਸਾਰੇ ਬੰਦੇ ਇਕੱਠੇ ਹੋ ਗਏ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਹੈ ਨਾ ਜਿੱਦਾਂ ਉਹ ਪੁਰਾਣਾ ਆਪਾਂ ਗੱਲਾਂ ਸੁਣਦੇ ਹੁੰਦੇ ਵੀ ਪੁਰਾਣੇ ਜ਼ਮਾਨੇ 'ਚ ਇੱਦਾਂ ਹੁੰਦਾ ਵੀ ਮੈਂ ਆਪਣੀ ਅੱਖੀਂ ਦੇਖਿਆ ਉੱਥੇ ਹਰਿਆਣੇ ਵਾਲੇ ਜਾਟ ਵੀ ਬੈਠੇ ਆ ਠੀਕ ਹੈ ਉਹ ਆਪਣਾ ਹੁੱਕਾ ਲਾਈ ਬੈਠੇ ਆ ਇੱਧਰ ਸਿੰਘ ਸਰਦਾਰ ਬੈਠੇ ਆ ਉਹਨੇ ਆਪਣਾ ਇੱਧਰਲੇ ਪਾਸੇ ਬੈਠੇ ਅਤੇ ਹਿੰਦੂ ਭਰਾ ਬੈਠੇ ਆ ਕੋਈ ਹੋਰ ਬੈਠਾ ਪਰ ਉਹ ਐਨ ਗੱਲਾਂ ਚੱਲ ਰਹੀਆਂ ਨੇ ਆਪਣੀਆਂ ਆਪਣੀਆਂ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਅਤੇ ਮੈਂ ਉਹ ਆਪਣੀ ਅੱਖੀਂ ਦੇਖ ਕੇ ਹਾਂ ਅਤੇ ਮੈਂ ਤਾਂ ਉਹੀ ਫਿਰ ਗੱਲ ਕਹਿੰਦਾ ਬਈ ਵੀ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਭਾਗਾਂ ਵਾਲਾ ਸਮਝਦਾ ਮੈਂ ਇਸ ਅੰਦੋਲਨ ਦਾ ਹਿੱਸਾ ਬਣਿਆ ਮੇਰੀ ਲਾਈਫ ਤਾਂ ਟੋਟਲੀ ਚੇਂਜ ਹੋ ਗਈ ਆ ਵੀ ਮੈਂ ਉੱਥੇ ਜਦੋਂ ਨਗਰ ਕੀਰਤਨ ਨਿਕਲਿਆ 1 ਜਨਵਰੀ ਨੂੰ ਮੈਂ ਟਰੈਕਟਰ ਦੇ ਉੱਤੇ ਬੈਠਾ ਸੀ ਅਤੇ ਮੈਂ ਕਦੇ ਸੋਚਿਆ ਨਹੀਂ ਸੀ ਵੀ ਇੱਦਾਂ ਇੱਥੇ ਦਿੱਲੀ ਦੇ ਵਿੱਚ ਨਗਰ ਕੀਰਤਨ ਨਿਕਲੂਗਾ ਮਹਾਰਾਜ ਦੀ ਸਵਾਰੀ ਆ ਅਤੇ ਮੈਂ ਉੱਥੇ ਟਰੈਕਟਰ 'ਤੇ ਬੈਠਾ ਗਾਣੇ ਧਰਮ ਗਾ ਰਿਹਾ ਅਤੇ ਲੋਕ ਨਿਹੰਗ ਸਿੰਘ ਜਾ ਰਹੇ ਨੇ ਗੁਰੂ ਦੀਆਂ ਫੌਜਾਂ ਲਾਡ ਲੀਆਂ ਅਤੇ ਲੋਕ ਫੁੱਲ ਬਰਸਾ ਰਹੇ ਨੇ ਮਤਲਬ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਜੀ ਮੈਂ ਕੁਛ ਨਹੀਂ ਕਹਿ ਸਕਦਾ ਇਹ ਤੋਂ ਵੱਡਾ ਜਾ ਜੀ ਮੈਂ ਬ੍ਰੇਕ ਲੈਣੀ ਆ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਕਰਨਾ ਚਾਹੂੰਗਾ ਜਿਹੜਾ ਤੁਹਾਡਾ ਸਜਾਦਾ ਜਿਹੜਾ ਫੁੱਟਬਾਲ ਖੇਡਣ ਦਾ ਸ਼ੌਕੀਨ ਹੈਗਾ ਉਹਨਾਂ ਨੇ ਕਦੇ ਸਵਾਲ ਨਹੀਂ ਕੀਤਾ ਤੁਹਾਡੀ ਬੇਟੀ ਨੇ ਕਦੇ ਸਵਾਲ ਨਹੀਂ ਕੀਤਾ ਹੈਗਾ ਵੀ ਡੈਡ ਪਹਿਲਾਂ ਤੁਸੀਂ ਕੁਝ ਹੋਰ ਤਰੀਕੇ ਨਾਲ ਗਾਉਂਦੇ ਹੁੰਦੇ ਸੀਗੇ ਅਤੇ ਹੁਣ ਤੁਹਾਡੇ ਗਾਣੇ ਦੇ ਵਿੱਚ ਵੀ ਚੀਜ਼ਾਂ ਬਦਲਦੀਆਂ ਪਈਆਂ ਕਦੇ ਇੱਕ ਵਾਰੀ ਤੁਹਾਨੂੰ ਸਵਾਲ ਇਹ ਵੀ ਹੁੰਦਾ ਸੀਗਾ ਕਦੇ 9-to-5 ਵਾਲੀ ਜੋਬ ਕਰ ਲਓ ਕਿੱਥੇ ਰਾਤਾਂ ਨੂੰ ਬਾਹਰ ਰਹਿੰਦੇ ਹੋ ਦਿਨੇ ਬਾਹਰ ਚਲੇ ਜਾਂਦੇ ਹੋ ਹਾਂਜੀ ਨਹੀਂ ਬਿਲਕੁਲ ਦੇਖੋ ਕੁਦਰਤੀ ਗੱਲ ਹੈ ਜਿਹੜਾ ਮੋਹ ਆ ਉਹ ਹੁੰਦਾ ਹੀ ਆ ਬੱਚਿਆਂ ਦਾ ਮੋਹ ਬਹੁਤ ਆ ਅਤੇ ਉਹ ਜਦੋਂ ਮੈਂ ਇੰਡੀਆ ਜਾਣਾ ਵੀ ਸੀ ਕੁਦਰਤੀ ਗੱਲ ਹੈ ਵੀ ਉਹ ਡਰਦੇ ਨੇ ਬੱਚੇ ਵੀ ਯਾਰ ਵੀ ਡੈਡ ਯੂ ਗੋਨ ਬੀ ਓਕੇ ਦੇਅਰ ਯੂ ਗੋਨ ਬੀ ਸੇਫ ਠੀਕ ਹੈ ਨਾ ਉਹਨਾਂ ਦੇ ਕੁਦਰਤੀ ਡਰ ਹੁੰਦਾ ਪਰ ਲੇਕਿਨ ਦੇ ਪ੍ਰਾਊਡ ਆ ਮੀ ਉਹ ਮੇਰੇ 'ਤੇ ਬਹੁਤ ਪ੍ਰਾਊਡ ਆ ਜਦੋਂ ਮੈਂ ਵਾਪਸ ਆਇਆ ਜਦੋਂ ਉੱਥੇ ਤਾਂ ਵੀਡੀਓ 'ਤੇ ਗੱਲ ਹੋ ਵੀ ਜਾਂਦੀ ਸੀ ਲੇਕਿਨ ਜਦੋਂ ਆ ਕੇ ਉਹਨਾਂ ਨੇ ਮੈਨੂੰ ਜਿਹੜੀ ਜੱਫੀ ਪਾਈ ਨਾ ਐਂਡ ਹਾਓ ਪ੍ਰਾਊਡ ਦੇ ਵਰ ਅਤੇ ਉਹ ਮੇਰੇ ਸਾਰੇ ਮਤਲਬ ਧੋਣੇ ਧੋਤੇ ਵੀ ਉਹ ਆਪਣੇ ਹੈ ਨਾ ਆਇਸ਼ਾ ਮੈਨੂੰ ਪਾਪਾ ਜੀ ਕਹਿੰਦੀ ਆ ਅਤੇ ਉਹ ਮੇਰੇ ਤੋਂ ਪ੍ਰਾਊਡ ਸੀ ਹੈ ਨਾ ਮਾਈ ਸਨ ਜੋਵਨ ਹੀ ਇਜ਼ ਪ੍ਰਾਊਡ ਹੀ ਗੋ ਡੈਡ ਆਮ ਸੋ ਪ੍ਰਾਊਡ ਆਫ ਯੂ ਯੂ ਨੋ ਅਤੇ ਉਹਨਾਂ ਦੇ ਜਿਹੜੇ ਇੱਥੇ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜੋਵਨ ਹੁਣੇ ਲਾਸਟ ਵੀਕ ਪ੍ਰੈਕਟਿਸ 'ਤੇ ਲੈ ਕੇ ਗਿਆ ਠੀਕ ਹੈ ਨਾ ਅਤੇ ਉਹਦੇ ਜਿਹੜੇ ਫਰੈਂਡਸ ਨੇ ਗਾ ਮਤਲਬ ਉਹੀ 14-15 ਸਾਲ ਵਾਲੇ ਸਾਰੇ ਉਹ ਕਈ ਨਿਆਣੇ ਮੈਨੂੰ ਜਿੱਦਾਂ ਬੋਲਦੇ ਵੀ ਨਹੀਂ ਹੁੰਦੇ ਸੀ ਇੰਨੇ ਸ਼ਾਹੀ ਹੁੰਦੇ ਸੀ ਲੇਕਿਨ ਉੱਦਣ ਉਹ ਮੁੰਡਾ ਆਇਆ ਦਿਲ ਵਰ ਗੋਲੀ ਆ ਇਹਨਾਂ ਦਾ ਜੋਵਨ ਦੀ ਟੀਮ ਦਾ ਅਤੇ ਉਹ ਆਇਆ ਕਹਿੰਦਾ ਆਮ ਸੋ ਪ੍ਰਾਊਡ ਯੂ ਅੰਕਲ ਥੈਂਕ ਯੂ ਫੋਰ ਡੂਇੰਗ ਦਿਸ ਲਾਈਕ ਇਹ ਮੇਰੇ ਲਈ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਵੀ ਉਹ ਇੱਥੇ ਦੇ ਜੰਮੇ ਨਿਆਣੇ ਨੇ ਅਤੇ ਉਹ ਮੇਰੇ ਤੋਂ ਫੀਲ ਪ੍ਰਾਊਡ ਇਸ ਕਰਕੇ ਕਰ ਰਹੇ ਨੇ ਮੈਂ ਇੰਡੀਆ ਉੱਥੇ ਫਾਰਮਰ ਪ੍ਰੋਟੈਸਟ 'ਤੇ ਮੈਂ ਗਿਆ ਹੈ ਨਾ ਅਤੇ ਮੇਰੇ ਜਾਣੀ ਕਿ ਅੱਖਾਂ 'ਚ ਅੱਥਰੂ ਵੀ ਆ ਗਏ ਮੈਂ ਯਾਰ ਵੀ ਦੇਖੋ ਇਹ ਮੁੰਡਾ ਕਦੇ ਬੋਲਦਾ ਨਹੀਂ ਹੁੰਦਾ ਸੀ ਇੰਨਾ ਖੁਆਇਟ ਸੀ ਲੇਕਿਨ ਉਹ ਮੇਰੇ ਭੱਜ ਕੇ ਆਇਆ ਕਹਿੰਦਾ ਅੰਕਲ ਜੀ ਥੈਂਕ ਯੂ ਆਮ ਸੋ ਪ੍ਰਾਊਡ ਯੂ ਤੁਸੀਂ ਇਦਾਂ ਦੀਆਂ ਗੱਲਾਂ ਨਹੀਂ ਜੀ ਤੁਸੀਂ ਹੁਣ ਵੀ ਇਮੋਸ਼ਨਲ ਲੱਗਦੇ ਪਏ ਹੋ ਮੈਨੂੰ ਹਾਂਜੀ ਇਮੋਸ਼ਨਲ ਇੱਕ ਹੋ ਜਾਂਦਾ ਬੰਦਾ ਜੀ ਉਹ ਕੁਦਰਤੀ ਗੱਲ ਹੈ ਮੈਂ ਤਾਂ ਉੱਥੇ ਮੈਂ ਜਿੱਦਾਂ ਦੱਸਾਂ ਅੰਦੋਲਨ 'ਤੇ ਜਿੱਦਾਂ ਮੈਂ ਉੱਥੇ ਆਪਣੇ ਬਜ਼ੁਰਗ ਦੇਖੇ ਨੇ ਮਤਾਵਾਂ ਦੇਖੀਆਂ ਨੇ ਅਤੇ ਕਈ ਵਾਰ ਰੋਣਾ ਆਉਂਦਾ ਸੀ ਲੇਕਿਨ ਫਿਰ ਕਈ ਵਾਰ ਇੱਦਾਂ ਵੀ ਹੁੰਦੇ ਸੀ ਜਦੋਂ ਕਹਿੰਦੇ ਲੈ ਪੁੱਤ ਤੂੰ ਕਹਿੰਦੇ ਇੱਦਾਂ ਹੁੰਦਾ ਭਾਵ ਅਸੀਂ ਹਾਲੇ ਚੜ੍ਹਦੀ ਕਲਾ 'ਚ ਫਿਰ ਖੁਸ਼ੀ ਵੀ ਹੁੰਦੀ ਸੀਗੀ ਹੈ ਨਾ ਉਹ ਇਹ ਚੀਜ਼ ਉੱਥੇ ਜਾ ਕੇ ਹੰਢਾ ਸਕਦਾ ਬੰਦਾ
मैं एक और छोटा जिहा ब्रेक लूंगा, बस दो चार मिनट तुहाडे होर लवांगे। जैजी भी तुसीं सवाल कर रहे हैं, इन्हां सवालों के विचारे बहुत सारे सवालों के जवाब है जिहड़े तुहाडे भी तुहानूं मिलदे पे होणगे। ये कलाकार आ जिहड़े सिर्फ कल्ले गाउंदे नहीं, कि इन्हां दे विच भी मन हैगा, दिल हैगा, इन्हां विच भी वह सोची है की है जिन्हां नूं तुसीं लीडर बनते देखते हो। असल विच ये समाज नूं सेध किन्नी दे सकते हैं इन्हां ते निर्भर करता। हो सकदा इन्हां ने पहला कुछ इहो जिहा गाया होवे, कुछ इहो जिहा लिखिया होवे जिहड़ा तुहानूं पसंद ना होवे, पर हुण कलमां बदल चुकी हैं, सुर बदल चुकी है। जदों बदलाव आउंदा तो फिर सारे समाज विच आउंदा। एक छोटा ब्रेक, वापस आ रहे हैं। ओ गल सुन ला, कन खोल के दिलिए साडे नाल जे लड़ना। उड्डिया पीर पंजाब तो तिखा फड़ लो जी ने फड़ना। उड्डिया पीर पंजाब तो तिखा फड़ लो जी ने फड़ना। वक्त बाद एक और फिर थोड़ा स्वागत है। जजी भी साडे नाल है कि जजी भी एक सवाल होर तुहाडे ते उठ रहा सारिआं ते, कि कहिंदे कलाकारां नूं खेती दा की पता ना, इहनां दी जमीन हैगी है, इह तां आपदा बस प्रचार करन आया। जजी भी उहनां नूं की जवाब दोगे? देखो जी, मैं तो मेरी इंटरव्यू ग्लोबल बीसी कैनेडा जरा मेन स्ट्रीम चैनल है वो उत्ते सोनिया देओल ने की थी, तो उन्हें मैंने इस बार पूछा थी भी तुसी क्यों इनवॉल्व है। मैं क्या वैसे तो चलो मैं है किसान का पुत मेरे, मैं क्या अपने पापे को है ना, जेडे प्योर पंजाबी पुरानी लैंगुएज होंगी पापा कहते होंगे है ना, मैं अपने डैड न इंडिया च देखे हल चला हाँ जी, तो फिर इतने आए हाँ वो ब्रॉड फार्म के काम करते होंगे इतने कलोवडिया, तो मैं उन्होंने उत्थे काम करते देखा, तो मैं आप काम करता रहा उत्थे रहा, भावें वो फसल बदल चुकी है जी। इंडिया जो कणक मक्की जा झोना जा अपने गन्नियां दे फसल होंदी सी, इत्थे लैटस हो गई है ना, अपने ब्रोकली हो गई, इदां दीआं चीज़ां होंदियां सी, पर काम तो फार्म का ही है ठीक है ना, पर वो अठ अठ नौ नौ घंटे इस हिसाब नाल काम करते होंगे सी, जज्बा इन्ना सीगा है ना, तो मैं क्या भी मैं इस करके नाल जुड़िया हुआ ठीक है। पर जे नहीं भी तुसीं जुड़े, मैं एक उन्होंने फिर एक क्वेश्चन पूछा, मैं क्या बद तो वड्डे तो वड्डा बंदा होवे, छोटे तो छोटा बंदा होवे, आपां जिन्नी मर्जी नठ भज कर लईए दुनिया च, जितनू मर्जी ऐ कर लईए बिजनेसमैन होगा, पर जदों हुण मैं इत्थे अपनी चेयर ते बैठा, टेबल मेरे सामने आ, चाहे थले मैं बैठना, रात नूं भालना की आके एक खाना है ना, जिहदे लई आपां नठे भज्जे फिरदे, ओह हो सकदा रोटी होवे जां पीसा होवे, बर्गर होवे, नूडल्स होण। मैं कहा वी एक मिनट लई ना तुसीं ओह मालक दा शुकराना कर रहा करो, जदों खाना हुंदा तुहानूं आप ही पता लग जाणा, ते सोचिया करो वी आह जिहड़े नूडल्स ने जां बर्गर आ जां रोटी आ वी इह किद्दां बणी होगी। ओह जिहड़े किसान ने सप्पां दीआं सिरियां दे उत्ते पैर रख के अठ अठ नौ नौ घंटे रोज काम करके स्नो तो बचाते हुए जा एहन तो बचाते हुए जा मीह तो झक्खड़ तो फसल बचाते हुए पाल के साढ़े टेबल तक तो आई है ये चीज़। बस इन्ना सवाल है, रोटी आप सारे ने खानी है, जे साढ़े समझ आ जाए फिर कोई भी एंटी फार्म नहीं होगा है ना। मैंने तो यही इस हाले तक समझ नहीं आता भी जेडे कहते नहीं असी एंटी फार्मर हाँ यार, कि तुसी खाते हैं यार है ना, जस्ट ब्लोज माई माइंड, मैं समझ ही नहीं आती एंटी फार्मर से कि हो सकते हैं। जजी भी तुसी रिहाना नाल कदे तुहाडा कॉन्टैक्ट होया, ग्रेटा नाल कदे तुहाडा कॉन्टैक्ट होया? नहीं, मेरा कदे कॉन्टैक्ट नहीं होया, पर ऑब्वियसली म्यूजिक तो सुनदी हैं जी आप है ना, तो यू नो आई एम सो प्राउड राइट नाउ व्हाट शी डिड। उत्थों पता लगता भी कोई जात पात धर्म तो उठ के सब तो जी वी चीज़ है वो है इंसानियत ठीक है ना, हो सकता उन्हें कित पढ़िया देखा वो कितने भी जिदा मर्जी है, तो उन्हें ट्वीट किया बहुत बढ़िया, सो थैंक यू वीरी फॉर डूइंग दैट एंड द होल नेशन लव रियान। साढ़े तो इतने जजी भी जो मेरी आवाज़ तुहाडे तक पहुँच रही है तो साढ़े तो इतने सरकार कह रही है कि साढ़े मामले में दखलअंदाजी की जा रही है, ये कोई प्रोपेगंडा बहुत तकड़ा। जजी भी नहीं तो गल तो एंड दे उही है, तो मोदी साहब नू यह भी पूछे एक सवाल भी जदों उत्थे ब्लैक लाइव्स मैटर होया सी ते मोदी साहब ने आप ट्वीट किया सी है ना, तो वो जे नहीं उन्होंने हले याद तो ट्वीट अपना कट के देख लैन, फिर वो भी उन्हें अमेरिका का मुद्दा सगा, उन्होंने क्यों दखलअंदाजी दी? ये बहुत चीप शॉट ने सारा, एवरीथिंग इज ऑन 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 फायर राइट नाउ ठीक है ना, तुसी मतलब तुसी उन्हां दीआं फोटोआं जाड़ रहे हैं ठीक है ना, ग्रैता दियाँ फोटो 12 ईयर ओल्ड मैन ओदियाँ कुड़ी दियाँ फोटो तुसी जाड़ रहे हो, ये मतलब आई जस्ट वांट टू से दैट
ਯੂ ਆਰ ਮੇਕਿੰਗ ਇੰਡੀਆ ਲੁੱਕ ਬੈਡ। ਉਹ ਸਾਡੀ ਕੰਟਰੀ ਹੈ, ਇੰਡੀਆ ਸਾਡੀ ਕੰਟਰੀ ਹੈ, ਵੀ ਡੋਂਟ ਵਾਂਟ ਟੂ ਮੇਕ ਇੰਡੀਆ ਲੁੱਕ ਬੈਡ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਅੰਧੇ ਭਗਤ ਹੈਗੇ ਆ ਨਾ, ਅੰਨੇ ਭਗਤ, ਵੀ ਕੋਈ ਉਹੋ ਜਿਹਾ ਕੰਮ ਕਰਿਆ ਕਰੋ ਜਿਹਦੇ ਨਾਲ ਇੰਡੀਆ ਦਾ ਕੱਦ ਉੱਤੇ ਨੂੰ ਹੋਵੇ, ਨਾ ਕਿ ਥੱਲੇ ਨੂੰ ਜਾਵੇ। ਚਲੋ ਜੈਜੀ ਵੀ, ਇੱਕ ਆਖਰੀ ਸਵਾਲ ਮੈਂ ਕਰਨਾ ਚਾਹੂੰਗਾ ਹੁਣ ਤੁਹਾਨੂੰ। ਜੈਜੀ ਵੀ, ਤੁਸੀਂ ਸ਼ੁਰੂ ਵਿੱਚ ਕੁਲਦੀਪ ਮਾਣਕ ਹਰਾਂ ਦਾ ਜ਼ਿਕਰ ਕੀਤਾ, ਤੁਸੀਂ ਉਹਨਾਂ ਨੂੰ ਗੁਰੂ ਕਹਿੰਦੇ ਹੋ ਕੁਲਦੀਪ ਮਾਣਕ ਹਰਾਂ ਨੂੰ। ਮਾਣਕ ਸਾਹਿਬ ਦੇ ਜਾਣ ਤੋਂ ਬਾਅਦ ਤੁਸੀਂ ਉਹਨਾਂ ਦੇ ਪਰਿਵਾਰ ਦੀ ਵੀ ਬੜੀ ਬਾਂਹ ਫੜੀ ਹੈ, ਇਸ ਬਾਰੇ ਸਾਰੇ ਸਾਰੀ ਇੰਡਸਟਰੀ ਨੂੰ ਵੀ ਪਤਾ ਹੈਗਾ। ਜੈਜੀ ਵੀ, ਮਾਣਕ ਸਾਹਿਬ ਨੇ ਤੁਹਾਨੂੰ ਚੇਲਾ ਮੰਨਿਆ ਕਦੇ? ਹਾਂ ਬਿਲਕੁਲ ਜੀ, ਬਿਲਕੁਲ, ਮੈਨੂੰ ਚੇਲਾ ਕਿ ਉਹਨਾਂ ਨੇ ਮੈਨੂੰ ਆਪਣਾ ਪੁੱਤਰ ਮੰਨਿਆ ਜੀ, ਹੈ ਨਾ, ਅਤੇ ਮੇਰੇ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ, ਭਾਗਾਂ ਵਾਲਾ ਸਮਝਦਾ, ਵੀ ਮੇਰੇ ਮੇਰੇ ਹਿੱਸੇ ਇਹ ਚੀਜ਼ ਆਈ ਆ। ਵੀ ਕਿੱਥੇ ਮੈਂ 4 ਸਾਲ ਦਾ ਜਸਵਿੰਦਰ ਆਪਣੇ ਚਾਚਾ ਅਜੀਤ ਸਿੰਘ ਬੈਂਸ ਦੇ ਮੋਢਿਆਂ 'ਤੇ ਪਿੰਡ ਦੁਰਗਾਪੁਰ ਦੇ ਵਿੱਚ ਪਹਿਲੀ ਵਾਰ ਉਸਤਾਦ ਜੀ ਦੀ ਝਲਕ ਪਈ, ਕਾਲਾ ਕੁੜਤਾ, ਕਾਲਾ ਚਾਦਰਾ, ਕਾਲੀ ਪੱਗ, ਉਹ ਯਾਦ ਆ। ਅਤੇ ਮੁੜ ਕੇ ਜਦੋਂ ਢੋਲ ਬੀਟ 2 ਦੇ ਵਿੱਚ ਬਿੱਲਾ ਭੱਟੀ ਕੀਤਾ, ਉਦੋਂ ਪਹਿਲੀ ਵਾਰ ਅਸੀਂ ਇਕੱਠਿਆਂ ਨੇ ਰਿਕਾਰਡ ਕੀਤਾ। ਲੇਕਿਨ ਜਦੋਂ ਮਹਾਰਾਜਾ ਦਾ ਐਲਬਮ ਹੈ ਨਾ ਉਸਤਾਦ ਜੀ ਦੇ ਨਾਲ ਕੀਤੀ ਆ, ਯੁੱਧਵੀਰ ਮਾਣਕ ਦੇ ਨਾਲ ਕੀਤੀ ਆ, ਅਤੇ ਉਹ ਮਤਲਬ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਐਲਬਮ ਹਮੇਸ਼ਾ ਰਹੂਗੀ ਅਤੇ ਹੈ। ਅਤੇ ਉਸਤਾਦ ਜੀ ਨੇ ਹਮੇਸ਼ਾ ਮੈਨੂੰ ਆਪਣਾ ਸ਼ਗਿਰਦ ਤਾਂ ਕੀ, ਮੈਨੂੰ ਆਪਣਾ ਪੁੱਤਰ ਸਮਝਿਆ ਹੈ ਨਾ, ਅਤੇ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਭਾਗਾ ਸਮਝਦਾ, ਅਤੇ ਮੇਰੇ ਹਿੱਸੇ ਉਹ ਚੀਜ਼ ਆਈ ਹੈ। ਅਸੀਂ ਸਮਾਪਤ ਕਰ ਰਹੇ ਹਾਂ ਚਰਚਾ ਜੈਜੀ ਵੀ, ਅਖੀਰ ਵਿੱਚ ਤੁਸੀਂ ਕੁਛ ਗਾ ਕੇ ਕੁਛ ਕਹਿਣਾ ਚਾਹੁੰਦੇ ਹੋ? ਹਾਂਜੀ ਬਿਲਕੁਲ ਜੀ, ਮੈਂ ਉਸਤਾਦ ਜੀ ਦਾ ਜ਼ਿਕਰ ਹੀ ਕਰੂੰਗਾ ਫਿਰ। ਉਹ ਕਹਿੰਦੇ ਹੁੰਦੇ ਸੀਗੇ ਸਪੈਸੀ ਫੋਰ ਦਾ ਯੰਗਸਟਰਸ, ਬਈ ਤੁਸੀਂ ਗੁਰਦੁਆਰੇ ਮੰਦਰ ਮਸੀਤਾਂ ਮੱਥਾ ਰਗੜਨ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਆਪਣੇ ਮਾਂ ਪੇ ਦੀ ਸੇਵਾ ਨਹੀਂ ਕਰਦੇ। ਮੈਂ ਆਪਣੇ ਯੰਗਸਟਰ ਨੂੰ ਕਹਿੰਦਾ, ਬਲੀਵ ਇਨ ਯੋਰ ਪੇਰੈਂਟਸ, ਬਲੀਵ ਇਨ ਯੋਰ ਓਲਡਰਸ, ਉਹਨਾਂ ਦੀ ਰਿਸਪੈਕਟ ਕਰਿਆ ਕਰੋ। ਉਹਨਾਂ ਨੂੰ ਵੀ ਹੁੰਦਾ, ਕਿਉਂਕਿ ਮੈਂ ਵੀ ਟੀਨੇਜਰ ਸੀ ਕਿਸੇ ਵੇਲੇ, ਮੈਂ ਵੀ ਨਹੀਂ ਸੁਣਦਾ ਹੁੰਦਾ ਸੀ ਆਪਣੇ ਮਾਂ ਪੇ ਦੀ, ਓ ਯੂ ਡੋਨਟ ਨੋ ਮਾਮ, ਯੂ ਡੋਨਟ ਨੋ ਡੈਡ ਵਾਟ ਯੂ ਟਾਕਿੰਗ ਅਬਾਊਟ, ਬਟ ਨੋ ਦੇ ਡੂ ਨੋ ਵਾਟ ਦੇ ਟਾਕਿੰਗ ਅਬਾਊਟ। ਸੋ ਮੈਂ ਉਹ ਚੰਦ ਲਾਈਨਾਂ ਤੁਹਾਡੀ ਨਜ਼ਰ ਕਰਦਾ ਜੀ। ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਓ ਮਾਂ ਏ ਠੰਡੜੀ ਛਾ ਉਹ ਦੁਨੀਆ ਵਾਲਿਓ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਤਾ ਰੱਬ ਦਾ ਰੂਪ ਹੈ ਦੂਜਾ, ਓ ਮਾਂ ਏ ਰੱਬ ਦਾ ਨਾ ਉਹ ਦੁਨੀਆ ਵਾਲਿਓ, ਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਓ ਮਾਂ ਏ ਠੰਡੜੀ ਛਾ ਉਹ ਦੁਨੀਆ ਵਾਲਿਓ। ਜੈਜੀ ਵੀ, ਤੁਸੀਂ ਮਾਂ ਦਾ ਜ਼ਿਕਰ ਕਰ ਲਿਆ, ਇਸ ਤੋਂ ਅੱਗੇ ਮੇਰੇ ਕੋਲ ਕੋਈ ਸਵਾਲ ਬਾਕੀ ਨਹੀਂ ਹੈਗਾ। ਬਹੁਤ ਧੰਨਵਾਦ ਤੁਹਾਡਾ ਜੈਜੀ ਵੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ, ਧੰਨਵਾਦ। ਇਹ ਸਨ ਜੈਜੀ ਵੀ ਸਾਡੇ ਨਾਲ। ਜਦੋਂ ਅਖੀਰ 'ਤੇ ਮਾਂ ਦਾ ਜ਼ਿਕਰ ਹੋਇਆ ਤਾਂ ਜ਼ਮੀਨ ਸਾਡੀ ਮਾਂ ਹੈ, ਇਸ ਮਾਂ ਦੇ ਉੱਤੇ ਜਦੋਂ ਹਮਲਾ ਹੋ ਰਿਹਾ ਤਾਂ ਫਿਰ ਇਹ ਅੰਦੋਲਨ ਖੜ੍ਹਾ ਹੋਇਆ, ਜਦੋਂ ਅੰਦੋਲਨ ਖੜ੍ਹਾ ਹੋਇਆ ਤਾਂ ਫਿਰ ਮਾਂ ਨੂੰ ਕਿਵੇਂ ਬਚਾਉਣਾ, ਮਾਂ ਦੀ ਗੱਲ ਕਿਵੇਂ ਕਰਨੀ ਹੈ, ਮਾਂ ਦੇ ਬਾਰੇ ਸਵਾਲ ਕਿਹੜੇ ਕਰਨੇ ਆ, ਇਹ ਸਾਰੇ ਸਵਾਲ ਆ ਜਿਹੜੇ ਉਹ ਦਿੱਲੀ ਬਾਰਡਰਾਂ 'ਤੇ ਪੁੱਛੇ ਜਾ ਰਹੇ ਆ, ਉਹਨਾਂ ਦਾ ਜਵਾਬ ਕਦੋਂ ਮਿਲੇਗਾ, ਇਹ ਅਸੀਂ ਇੰਤਜ਼ਾਰ ਕਰ ਰਹੇ ਹਾਂ। ਅੱਜ ਲਈ ਇੰਨਾ, ਫਿਰ ਕਿਸੇ ਹੋਰ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੇ। ਬਹੁਤ ਧੰਨਵਾਦ। ਓ ਗੱਲ ਸੁਣ ਲਾ ਕੰਨ ਖੋਲ ਕੇ, ਦਿਲੀਏ ਸਾਡੇ ਨਾਲ ਜੇ ਲੜਨਾ, ਉੱਡਿਆ ਪੀਰ ਪੰਜਾਬ।